ਪ੍ਰੋਗਰਾਮ ਪੰਜਾਬੀ ਵਿਰਸਾ ਦੇ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸਵੀਕਾਰ ਕਰੋ ਮੇਰੇ ਵੱਲੋਂ ਬਹੁਤ ਹੀ ਪਿਆਰ ਨਾਲ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੀ ਆਪਣੀ ਰੂਪਦਵਿੰਦਰ ਕੌਰ ਅਤੇ ਹਰ ਹਫ਼ਤੇ ਬੁੱਧਵਾਰ ਵਾਲੇ ਦਿਨ 8:30 ਵਜੇ ਅਸੀਂ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਲੈ ਕੇ, ਜਿਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਮਹਿਮਾਨ ਜਿਹੜੇ ਨੇ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਂਦੇ ਨੇ। ਕਦੀ ਤਾਂ ਗਾਇਕ ਭੈਣ ਭਰਾ ਇਸ ਪ੍ਰੋਗਰਾਮ 'ਚ ਆਉਂਦੇ ਨੇ, ਕਦੀ ਮਿਊਜ਼ੀਸ਼ੀਅਨਸ ਆਉਂਦੇ ਨੇ, ਕਦੀ ਲੇਖਕ ਵੀਰ ਭੈਣ ਆਉਂਦੇ ਨੇ, ਪਰ ਅੱਜ ਦਾ ਜਿਹੜਾ ਮਹਿਮਾਨ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਾਏਗਾ ਉਹ ਇਹਨਾਂ ਦੇ ਵਿੱਚੋਂ ਨਹੀਂ ਹੈ। ਉਹਨਾਂ ਦੀ ਜਿਹੜੀ ਕਲਾ ਹੈ ਉਹ ਬਿਲਕੁਲ ਹੀ ਵਿਲੱਖਣ ਕਿਸਮ ਦੀ ਹੈ। ਤੁਸੀਂ ਕਦੀ ਵੀ ਇਹਨਾਂ ਦਾ ਸ਼ਾਇਦ ਹੋ ਸਕਦਾ ਨਾਮ ਨਾ ਸੁਣਿਆ ਹੋਵੇ, ਪਰ ਇਹਨਾਂ ਦੀ ਕਲਾ ਇੱਕ ਐਸੀ ਕਲਾ ਹੈ ਜਿਸ ਨੂੰ ਵੇਖ ਕੇ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਂਦੀਆਂ ਨੇ। ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਉਹਨਾਂ ਦੇ ਨਾਲ ਇੰਟਰੋਡਿਊਸ ਕਰਵਾਵਾਂ, ਮੈਂ ਚਾਹੁੰਦੀ ਹਾਂ ਕਿ ਪਹਿਲਾਂ ਅਸੀਂ ਉਹਨਾਂ ਦੀ ਕਲਾ ਦੇ ਵੱਲ ਇੱਕ ਝਾਤੀ ਮਾਰੀਏ ਅਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਉਹਨਾਂ ਦੇ ਨਾਲ ਮਿਲਾਵਾਂਗੀ। ਇਹ ਜਿਹੜੀਆਂ ਮੂਰਤੀਆਂ ਤੁਸੀਂ ਦੇਖੀਆਂ, ਜਿਹੜੇ ਸਟੈਚੂਜ਼ ਤੁਸੀਂ ਦੇਖੇ ਆ ਹੁਣੇ, ਇਹ ਜੀ ਸਟੈਚੂ ਬਣਾਉਂਦੇ ਨੇ, ਸਟੈਚੂ ਆਰਟਿਸਟ ਨੇ, ਅਤੇ ਜੇ ਅਸੀਂ ਗੂੜ ਪੰਜਾਬੀ ਦੇ ਵਿੱਚ ਕਹੀਏ ਤਾਂ ਅਸੀਂ ਕਹੀਏ ਕਿ ਇਹ ਮੂਰਤੀਕਾਰ ਨੇ। ਅਤੇ ਆਓ ਅਸੀਂ ਇਹਨਾਂ ਦਾ ਸਵਾਗਤ ਕਰੀਏ। ਜਗਤਾਰ ਸਿੰਘ ਗਿੱਲ ਜੀ, ਤੁਹਾਡਾ ਅਕਾਲ ਸਟੂਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਅਕਾਲ ਚੈਨਲ ਦਾ ਆਪਣੇ ਵਿਹੜੇ ਦੇ ਵਿੱਚ ਸੱਦਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਮਾਣ ਦਿੱਤਾ ਅਤੇ ਅੱਜ ਤੁਸੀਂ ਸਾਡੇ ਵਿਹੜੇ 'ਚ ਆਏ ਹੋ। ਸਾਨੂੰ ਵੀ ਖੁਸ਼ੀ ਹੋ ਰਹੀ ਹੈ। ਤੁਹਾਡੀਆਂ ਜਿਹੜੀਆਂ ਮਤਲਬ ਮੂਰਤੀਆਂ ਬਣਾਈਆਂ ਹੋਈਆਂ ਨੇ ਉਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੂੰਹੋਂ ਬੋਲਦੀਆਂ ਨੇ। ਕਿੰਨੀਆਂ ਕੁ ਮੂਰਤੀਆਂ ਤੁਸੀਂ ਅੱਜ ਤੱਕ ਬਣਾ ਚੁੱਕੇ ਹੋ? ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਸਾਨੂੰ। ਇਸ ਦੇ ਵਿੱਚ ਇੱਦਾਂ ਕਿ ਹਾਲ ਤੱਕ ਤਾਂ ਕੋਈ ਗਿਣਤੀ ਨਹੀਂ ਆ, ਗਿਣਤੀ ਤੋਂ ਬਾਹਰ ਹੈ ਜਿਹੜੀਆਂ ਮੂਰਤੀਆਂ ਅਸੀਂ ਬਣਾ ਸਕ ਜਿਹੜੀਆਂ ਪੰਜਾਬ ਆ, ਪੰਜਾਬ ਤੋਂ ਬਾਹਰ ਹਿਮਾਚਲ ਸਾਰੇ ਹੀ ਸਟੇਟ ਦੇ ਵਿੱਚ ਲੱਗੀਆਂ, ਇਸ ਤੋਂ ਇਲਾਵਾ ਸਿੰਗਾਪੁਰ, ਮਲੇਸ਼ੀਆ, ਨਿਊਜ਼ੀਲੈਂਡ ਦੇ ਵਿੱਚ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਲੱਗ ਚੁੱਕੀਆਂ ਜੀ। ਜੇ ਹੁਣ ਅਸੀਂ ਗੱਲ ਕਰੀਏ ਤਾਂ ਇਹ ਇੱਕ ਬਿਲਕੁਲ ਵਿਲੱਖਣ ਕਿਸਮ ਦੀ ਕਲਾ ਹੈਗੀ ਹੈ, ਅਤੇ ਜਿਸ ਤਰ੍ਹਾਂ ਜਦੋਂ ਬੱਚਾ ਛੋਟਾ ਹੁੰਦਾ ਮਾਂ ਮਤਲਬ ਸਕੂਲੇ ਪੜ੍ਹਦਾ ਅਤੇ ਮਾਂ ਬਾਪ ਦੇ ਦਿਲ ਦੇ ਵਿੱਚ ਹੁੰਦਾ ਆਪਣੇ ਜਿਹੜੇ ਖਾਸ ਕਰਕੇ ਪੰਜਾਬੀ ਮਾਂ ਬਾਪ ਨੇ ਉਹ ਇਹ ਚਾਹੁੰਦੇ ਨੇ ਕਿ ਬੱਚਾ ਜੀ ਇੰਜੀਨੀਅਰ ਬਣ ਜਾਵੇ, ਡਾਕਟਰ ਬਣ ਜਾਵੇ ਜਾਂ ਕੋਈ ਹੋਰ ਐਸਾ ਕਿੱਤਾ ਖੇਤੀਬਾੜੀ ਕਰ ਲਵੇ। ਇਹ ਇੱਕ ਐਸਾ ਕਿੱਤਾ ਜਿਹਦੇ ਜਿਹੜਾ ਅਸੀਂ ਕਦੀ ਸੋਚਦੇ ਵੀ ਨਹੀਂ ਹੈਗੇ। ਤੁਹਾਡਾ ਇੱਧਰਲੇ ਪਾਸੇ ਕਿਸ ਤਰ੍ਹਾਂ ਰੁਝਾਨ ਹੋਇਆ ਪਹਿਲਾਂ ਇਹ ਦੱਸੋ। ਇਸ ਤਰ੍ਹਾਂ ਹੈ ਜੀ ਕਿ ਮਤਲਬ ਸਾਡੀ ਸਾਰੀ ਫੈਮਿਲੀ ਖੇਤੀਬਾੜੀ ਨੂੰ ਬਿਲੋਂਗ ਕਰਦੇ ਹਾਂ ਅਤੇ ਪਰ ਫੈਮਿਲੀ ਦੇ ਵਿੱਚ ਮੇਰੇ ਵੱਡੇ ਬ੍ਰਦਰ ਇਕਬਾਲ ਸਿੰਘ ਗਿੱਲ, ਉਹਨਾਂ ਨੂੰ ਬਚਪਨ ਤੋਂ ਸ਼ੌਂਕ ਸੀ, ਫਿਰ ਹੌਲੀ ਹੌਲੀ ਉਹਨਾਂ ਨੂੰ ਦੇਖ ਕੇ ਮੇਰਾ ਇਸ ਸ਼ੌਂਕ ਦੇ ਵੱਲ ਰੁਝਾਨ ਵੱਧ ਗਿਆ ਜਿੱਦਾਂ ਚੀਜ਼ ਦੇਖਣੀ ਆ। ਇਸ ਤੋਂ ਇਲਾਵਾ ਮਤਲਬ ਸੰਗਰੂਰ ਦੇ ਇੱਕ ਆਰਟਿਸਟ ਅਜੀਤ ਸਿੰਘ ਸਾਰੋਂ, ਜਿਨ੍ਹਾਂ ਦੇ ਕੋਲੋਂ ਇਸ ਚੀਜ਼ ਬਾਰੇ ਬਰੀਕੀਆਂ ਸਿੱਖੀਆਂ ਤੇ ਅੱਗੇ ਇਸ ਕੰਮ ਵਿੱਚ ਮਤਲਬ ਰੁਝਾਨ ਇਸ ਤਰ੍ਹਾਂ ਹੌਲੀ 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 ਵੱਧਦਾ ਗਿਆ। ਜਗਤਾਰ ਸਿੰਘ ਗਿੱਲ ਜੀ ਜਿਹੜੇ ਆ ਉਹ ਗੱਲ ਕਿੰਨੇ ਪਿਆਰ ਦੇ ਨਾਲ ਅਤੇ ਹੌਲੀ ਹੌਲੀ ਆਵਾਜ਼ ਦੇ ਵਿੱਚ ਕਰਦੇ ਨੇ, ਅਤੇ ਮੈਨੂੰ ਤੁਹਾਡੇ ਵੱਲ ਦੇਖ ਕੇ ਔਰ ਜਿਸ ਤਰੀਕੇ ਨਾਲ ਅੰਦਾਜ਼ ਨਾਲ ਤੁਸੀਂ ਗੱਲ ਕਰ ਰਹੇ ਹੋ ਮੈਨੂੰ ਸਿਆਣਿਆਂ ਦੀ ਗੱਲ ਜਿਹੜੀ ਹੈ ਉਹ ਯਾਦ ਆ ਗਈ ਹੈ ਕਿ ਬੰਦੇ ਦਾ ਕੰਮ ਬੋਲਣਾ ਚਾਹੀਦਾ, ਬੰਦੇ ਨੂੰ ਨਹੀਂ ਬੋਲਣਾ ਚਾਹੀਦਾ। ਇਹ ਤਾਂ ਹੈ ਜੀ, ਬੰਦੇ ਦਾ ਮਤਲਬ ਕੰਮ ਜੋ ਉਸਦੇ ਦਿਮਾਗ ਦੇ ਵਿੱਚ ਹੁੰਦਾ ਜੋ ਇਸ ਤਰ੍ਹਾਂ ਹੁੰਦਾ, ਬਾਕੀ ਬੋਲਣ ਦਾ ਆਪਣਾ ਆਪਣਾ ਲਹਿਜਾ ਹੁੰਦਾ, ਇਸ ਤਰ੍ਹਾਂ ਮਤਲਬ ਆਦਤ ਹੁੰਦੀ ਹੈ ਜਿੱਦਾਂ ਆਪਾਂ ਕਹਿ ਲਈਏ ਜੀ 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 ਇਸ ਤਰ੍ਹਾਂ ਹੋ। ਪਰ ਨਹੀਂ, ਮੈਂ ਇਸ ਗੱਲ ਨੂੰ ਇੱਕ ਬੜੇ ਪੋਜ਼ਿਟਿਵ ਤਰੀਕੇ ਨਾਲ ਲੈ ਰਹੀ ਹਾਂ ਕਿ ਜਿਹੜਾ ਇਨਸਾਨ ਦਾ ਜਿਹੜਾ ਹੁਣ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਉਹ ਇੱਕ ਤੁਸੀਂ ਚਿੱਤਰਕਾਰੀ ਵੀ ਕਰਦੇ ਹੋ, ਪਰ ਚਿੱਤਰਕਾਰੀ ਦੇ ਨਾਲ ਨਾਲ ਜਿਹੜਾ ਤੁਹਾਡਾ ਜ਼ਿਆਦਾ ਰੁਝਾਨ ਹੈਗਾ ਉਹ ਮੂਰਤੀ ਕਲਾ ਵੱਲ ਹੈਗਾ। ਹਾਂ, ਇਸ ਤਰ੍ਹਾਂ ਹੁੰਦਾ ਕਿ ਪਹਿਲਾਂ ਚਿੱਤਰਕਾਰੀ ਦੇ ਵਿੱਚ ਹੁੰਦਾ ਸੀ ਇਸ ਤਰ੍ਹਾਂ ਹੌਲੀ ਹੌਲੀ ਮੂਰਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਇੱਦਾਂ ਵੀ ਹੁੰਦਾ ਕਈ ਵਾਰ ਆਪਾਂ ਨੂੰ ਜਦੋਂ ਬਣਾਉਣੀ ਆ ਉਸ ਤੋਂ ਇਨਕਮ ਹੋਣੀ ਆ, ਆਪਣਾ ਸ਼ੌਂਕ ਹੌਲੀ ਹੌਲੀ ਪ੍ਰੋਫੈਸ਼ਨਲ ਹੋ ਜਾਂਦਾ ਤਾਂ ਇਸ ਪਾਸੇ ਵੱਲ ਧਿਆਨ ਥੋੜ੍ਹਾ ਵੱਧ ਹੋ ਗਿਆ ਅਤੇ ਕੁਛ ਇੱਦਾਂ ਹੁੰਦਾ ਵੀ ਹਰੇਕ ਨੂੰ ਹੁੰਦਾ ਵੀ ਚਾਰ ਪੈਸੇ ਆਪਣੇ ਕੋਲ ਹੋਣ ਤਾਂ ਹੀ ਹੁੰਦਾ ਇਸ ਤਰ੍ਹਾਂ, ਤਾਂ ਕਰਕੇ ਮਤਲਬ ਮੂਰਤੀ ਜਿਹੜੀ ਕਲਾ ਉੱਧਰ ਨੂੰ ਧਿਆਨ ਵੱਧ ਆ ਗਿਆ ਜੀ। ਅਤੇ ਤੁਸੀਂ ਇਸ ਕੰਮ ਨੂੰ ਸਿੱਖਿਆ ਹੈਗਾ ਜਾਂ ਵੈਸੇ ਮਤਲਬ ਇੱਕ ਤਾਂ ਸ਼ੌਂਕ ਸੀਗਾ ਤੁਹਾਨੂੰ ਅਤੇ ਤੁਸੀਂ ਸਿਖਲਾਈ ਕਿੱਥੋਂ ਲਈ ਇਸ ਚੀਜ਼ ਦੀ? ਇਹ ਮੈਂ
ਕੁਛ ਤਾਂ ਆਪਣੇ ਵੱਡੇ ਬ੍ਰਦਰ ਇਕਬਾਲ ਸਿੰਘ ਗਿੱਲ ਕੋਲੋਂ ਅਤੇ ਬਾਕੀ ਅਜੀਤ ਸਿੰਘ ਸਾਰੋਂ ਜੋ ਸੁਨਾਮਦੇਹ ਨੇ ਆਰਟਿਸਟ ਜਿਨ੍ਹਾਂ ਨੇ ਮਹਿਦਿਆਣਾ ਸਾਹਿਬ ਕਾਫੀ ਕੰਮ ਕੀਤਾ ਉਹਨਾਂ ਤੋਂ ਇਸ ਆਰਟ ਦੀਆਂ ਜਿਹੜੀਆਂ ਬਰੀਕੀਆਂ ਸਿੱਖੀਆਂ। ਜੀ ਜੀ, ਅਤੇ ਇੱਕ ਜੇ ਮੂਰਤੀ ਤੁਸੀਂ ਬਣਾਉਂਦੇ ਹੋ ਤਾਂ ਉਹਨੂੰ ਕਿੰਨਾ ਕੁ ਵਕਤ ਜਿਹੜਾ ਉਹ ਲੱਗ ਜਾਂਦਾ ਇੱਕ ਮੂਰਤੀ ਨੂੰ ਬਣਾਉਣ ਵਾਸਤੇ? ਇਸ ਦੇ ਵਿੱਚ ਇੱਦਾਂ ਹੁੰਦਾ ਜੀ, ਕਈ ਵਾਰ ਤਾਂ ਮੂਡ 'ਤੇ ਡਿਪੈਂਡ ਹੁੰਦਾ, ਮਤਲਬ ਆਪਾਂ ਫਰੈਸ਼ ਮਾਇੰਡ ਬੈਠੇ ਹਾਂ ਤਾਂ ਹੌਲੀ ਲੱਗੇ, ਸਾਰਾ ਦਿਨ ਲੱਗੇ ਲੱਗੇ ਦੋ ਤਿੰਨ ਦਿਨ ਦੇ ਵਿੱਚ ਵੀ ਬਣ ਜਾਂਦੀ ਆ, ਕਈ ਵਾਰ ਇੱਦਾਂ ਹੁੰਦਾ 10-15 ਦਿਨ ਵੀ ਲੱਗ ਜਾਂਦੇ ਆ। ਬਿਲਕੁਲ ਜੀ, ਆਪਾਂ ਰਜੇਵਿਆਂ ਦੇ ਵਿੱਚ ਆਪਣਾ ਧਿਆਨ ਹੋਰ ਪਾਸੇ ਹੁੰਦਾ ਜਾਂ ਇੱਦਾਂ ਹੁੰਦਾ ਨਾ, ਤਾਂ ਫਿਰ ਉਹਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ। ਤੁਸੀਂ ਜਿਹੜਾ ਤੁਹਾਡਾ ਬਚਪਨ ਹੈ ਉਹ ਮੋਗੇ ਵਿੱਚ ਬੀਤਿਆ ਹੈਗਾ, ਥੋੜ੍ਹਾ ਜਿਹਾ ਆਪਣੇ ਬਚਪਨ ਬਾਰੇ ਸਾਨੂੰ ਦੱਸੋ। ਮੋਗਾ ਜ਼ਿਲ੍ਹਾ ਦਾ ਪਿੰਡ ਮਾਣੂ ਕੇ ਗਿੱਲ ਬਾਘਾ ਪੁਰਾਣਾ ਦੇ ਕੋਲ ਮੇਰਾ ਬਚਪਨ ਉੱਥੇ, ਜਿੱਦਾਂ ਕਿ ਆਪਣਾ ਸਭ ਦਾ ਹੀ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿਸ ਤਰ੍ਹਾਂ ਹੁੰਦਾ, ਇੱਕ ਫਨੀ ਟਾਈਪ ਦਾ ਕਹਿ ਲਓ ਜਾਂ, ਯਾਨੀ ਤੁਸੀਂ ਵੀ ਬਿਲਕੁਲ ਜਿਵੇਂ ਨਿਆਣੇ ਸ਼ਰਤਾਂ ਖੇਡ ਬਾਂਟੇ ਬੁੰਟੇ ਖੇਡਦੇ ਹੁੰਦੇ ਸੀ? ਹਾਂਜੀ, ਸਾਰਾ ਸਾਰਾ ਦਿਨ ਖੇਡਦੇ ਰਹਿਣਾ, ਸ਼ਾਮ ਨੂੰ ਘਰੇ ਆਉਣਾ ਤਾਂ ਫਿਰ ਘਰੋਂ ਵੀ ਥੋੜ੍ਹਾ ਜਿਹਾ ਗਾਣਾ ਪੈਣਾ ਜੀ, ਇਸ ਤਰ੍ਹਾਂ ਹੁੰਦਾ ਜੀ। ਅਤੇ ਬਚਪਨ ਜਿਹੜਾ ਉਹ ਇੱਕ ਐਸੀ ਚੀਜ਼ ਆ ਜਿਹੜੀ ਇਨਸਾਨ ਦੇ ਵਿੱਚ ਰਹਿੰਦੀ ਹੈ। ਅੱਛਾ, ਜਿੱਦਾਂ ਅਸੀਂ ਪਹਿਲਾਂ ਤੁਹਾਡੀਆਂ ਮੂਰਤੀਆਂ ਦੇਖੀਆਂ ਉਹ ਸਾਰੀਆਂ ਹੀ ਜਾਂ ਤਾਂ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਨੇ ਅਤੇ ਜਾਂ ਸਾਡੇ ਵਿਰਸੇ ਦੇ ਨਾਲ ਉਹਨਾਂ ਦਾ ਸੰਬੰਧ ਹੈਗਾ। ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਵਿਰਸੇ ਨੂੰ ਬੜਾ ਡੂੰਘਾਈ ਦੇ ਨਾਲ ਪੜ੍ਹਿਆ ਹੋਵੇਗਾ, ਵੇਖਿਆ ਹੋਵੇਗਾ, ਕਿਉਂਕਿ ਜੇ ਬੰਦੇ ਨੂੰ ਨੌਲੇਜ ਨਾ ਹੋਵੇ ਤਾਂ ਉਹ ਮੂਰਤੀ ਦੇ ਵਿੱਚ ਜਾਨ ਨਹੀਂ ਪਾ ਸਕਦਾ। ਇਸ ਤਰ੍ਹਾਂ ਕਿ ਜ਼ਿਆਦਾਤਰ ਜਿੰਨੇ ਵੀ ਸਟੈਚੂ ਬਣਾਏ ਆ ਉਹ ਆਪਣੇ ਸਿੱਖ ਇਤਿਹਾਸ ਦੇ ਨਾਲ ਹੀ ਰਿਲੇਟਡ ਬਣਾਏ ਹੋਏ ਆ ਅਤੇ ਜਾਂ ਆਪਣੇ ਵਿਰਸੇ ਦੇ ਨਾਲ ਜਿੱਦਾਂ ਭੰਗੜਾ, ਗਿੱਧਾ, ਇਸ ਤਰ੍ਹਾਂ ਕੁਛ ਤਾਂ ਪੜ੍ਹਨ ਦੇ ਨਾਲ ਵੀ ਕੁਛ ਇੱਦਾਂ, ਜਿੱਦਾਂ ਆਪਾਂ ਕਹਿ ਲਈਏ ਪੰਜਾਬ ਦੇ ਵਿੱਚ ਵੱਖ ਵੱਖ ਤਰ੍ਹਾਂ ਦੀ ਡਿਮਾਂਡ ਹੁੰਦੀ ਹੈ ਵੀ ਸਾਨੂੰ ਆਪਣੇ ਕਲਚਰ ਦਾ ਇੱਦਾਂ ਚਾਹੀਦਾ, ਭੰਗੜਾ ਪਾਉਂਦਾ ਜਾਂ ਲੇਡੀਜ਼ ਗਿੱਧਾ, ਇਸ ਤਰ੍ਹਾਂ ਜਦੋਂ ਲੋਕ ਡਿਮਾਂਡ ਕਰਦੇ ਫਿਰ ਉਸ ਤਰ੍ਹਾਂ ਦਾ ਰੁਝਾਨ ਉਸ ਪਾਸੇ ਵੱਲ ਜ਼ਿਆਦਾ ਜਾਂਦਾ। ਜਾਂ ਕਈ ਵਾਰ ਆਪਾਂ ਜਿੱਦਾਂ ਕਹਿ ਲਈਏ ਪੁਰਾਣੇ ਇਤਿਹਾਸਕ ਗੁਰਦੁਆਰਾ ਸਾਹਿਬ ਆ ਜਿਹੜੇ ਆਪਾਂ ਨੂੰ ਨਹੀਂ, ਸਾਨੂੰ ਵੀ ਨਹੀਂ, ਕਿਸੇ ਨੂੰ ਵੀ ਨਹੀਂ ਪਤਾ ਹੁੰਦਾ, ਉਸ ਪਿੰਡ ਦੇ ਆ ਕੇ ਉਸ ਦਾ ਇਤਿਹਾਸ ਦੱਸਦੇ ਆ ਸਾਨੂੰ ਵੀ ਅਸੀਂ ਇਸ ਇਤਿਹਾਸ ਦੇ ਨਾਲ ਸਾਡਾ ਰਿਲੇਟਡ ਗੁਰਦੁਆਰਾ ਸਾਹਿਬ ਹੈ, ਇੱਥੇ ਵੱਡਾ ਘੱਲੂਘਾਰਾ ਹੋਇਆ ਜਾਂ ਇਸ ਤਰ੍ਹਾਂ ਹੋਇਆ, ਫਿਰ ਉਸ ਪਾਸੇ ਨੂੰ ਆਟੋਮੈਟਿਕਲੀ ਆਪਣਾ ਰੁਝਾਨ ਹੁੰਦਾ ਜਾਂਦਾ ਜੀ। ਸੋ ਵੱਡੇ ਘੱਲੂਘਾਰੀ ਦੇ ਨਾਲ ਸੰਬੰਧਿਤ ਤੁਸੀਂ ਕਾਫੀ ਜਿਹੜੇ ਸਟੈਚੂਜ਼ ਬਣਾਏ ਹੈਗੇ ਨੇ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓਗੇ? ਹਾਂ, ਉਹਨਾਂ ਦੇ ਵਿੱਚ ਜਿੱਦਾਂ ਕਠਾਲਾ ਪਿੰਡ ਦੇ ਵਿੱਚ ਬਾਬਾ ਸੋਧਾ ਸਿੰਘ ਜੀ ਦਾ ਜਿਹੜਾ ਸਟੈਚੂ ਬਣਾਇਆ ਸੀ। ਹਾਂਜੀ, ਬਾਬਾ ਸੋਧਾ ਸਿੰਘ ਜੀ। ਹਾਂਜੀ, ਬਾਬਾ ਸੋਧਾ ਸਿੰਘ ਜੀ, ਮਤਲਬ ਉੱਥੇ ਗੁਰੂ ਸਾਹਿਬ ਦੀ ਜਿਹੜੀ ਪਿਕਚਰ ਅਸੀਂ ਦੇਖ ਰਹੇ ਹਾਂ, ਸੌਰੀ ਮੈਂ ਇਹ ਉਹਨਾਂ ਦੀ। ਹਾਂਜੀ, ਇਹ ਬਾਬਾ ਸੋਧਾ ਸਿੰਘ ਜੀ ਦੀ ਆ। ਇੱਥੇ ਗੁਰੂ ਸਾਹਿਬ ਦੀ ਮਤਲਬ ਜਿਹੜੀ ਪੁਰਾਣੀ ਬੀੜ ਹੱਥ ਲਿਖਤ ਉਹ ਬੜੇ ਹੀ ਉਹਨਾਂ ਨੇ ਸੁਚੱਜੇ ਢੰਗ ਦੇ ਨਾਲ ਸਜਾ ਕੇ ਰੱਖਿਆ ਗੀਠਾ ਸਾਹਿਬ ਦੇ ਵਿੱਚ, ਅਤੇ ਇਸ ਤਰ੍ਹਾਂ ਸਾਨੂੰ ਉਹਨਾਂ ਦਾ ਇਤਿਹਾਸ ਬਾਰੇ ਜਾਣਨ ਦਾ ਅਤੇ ਇੱਕ ਉਸ ਧਾਰਮਿਕ ਸਥਾਨ ਬਾਰੇ ਜੋ ਸਾਨੂੰ ਨਹੀਂ ਪਤਾ ਹੁੰਦਾ ਇਸ ਤਰ੍ਹਾਂ ਪਤਾ ਲੱਗਦਾ ਤਾਂ ਆਟੋਮੈਟਿਕਲੀ ਮਤਲਬ ਰੁਝਾਨ ਉਸ ਪਾਸੇ ਵੱਲ ਵੱਧਦਾ ਜਾਂਦਾ ਜੀ। ਇਹ ਜਿਹੜੀ ਬਾਬਾ ਸੁਧਾ ਸਿੰਘ ਜੀ ਦੀ ਤੁਸੀਂ ਮਤਲਬ ਮੂਰਤੀ ਬਣਾਈ, ਸਟੈਚੂ ਬਣਾਇਆ, ਇਹ ਹੁਣ ਇਸ ਟਾਈਮ 'ਤੇ ਕਿੱਥੇ ਸੁਸ਼ੋਭਿਤ ਹੈਗਾ? ਇਹ ਕਠਾਲਾ ਪਿੰਡ ਹੈ, ਮਰੇਲਕੋਟਲਾ ਕੋਲ, ਅਤੇ ਬਾਬਾ ਜੱਸਾ ਸਿੰਘ ਆਲੂ ਵਾਲੀਆ ਜਿਹੜੇ ਆਪਣੇ ਸੂਰਬੀਰ ਯੋਧੇ ਹੋਏ ਆ ਉਹਨਾਂ ਦੇ ਸਮਕਾਲੀ ਹੋਏ ਆ ਜੀ ਜੀ। ਹਾਂਜੀ, ਉਹਨਾਂ ਦੇ ਨਾਲ ਇਹਨਾਂ ਨੇ ਯੁੱਧ ਲੜਿਆ ਸੀ। ਇਸ ਤਰ੍ਹਾਂ ਵੱਖ ਵੱਖ ਹੋਰ ਬਹੁਤ ਇਤਿਹਾਸ ਆ ਜਿਹੜਾ ਪਤਾ, ਕਈ ਵਾਰ ਆਪਣੇ ਕੋਲ ਹੁਣ ਟਾਈਮ ਥੋੜ੍ਹਾ ਤਾਂ ਆਪਾਂ ਜ਼ਿਆਦਾ ਨਹੀਂ ਵੀ ਦੱਸ ਸਕਦੇ ਬਹੁਤ, ਤਾਂ ਹੀ ਇੱਧਰ ਨੂੰ ਹੌਲੀ ਹੌਲੀ ਰੁਝਾਨ ਦਾ ਪਤਾ ਲੱਗਦਾ ਰਹਿੰਦਾ, ਔਰ ਇਹ ਵੀ ਕੋਸ਼ਿਸ਼ ਕਰੀਦੀ ਵੀ ਅੱਗੇ ਵੀ ਇਸ ਚੀਜ਼ ਬਾਰੇ ਦੱਸਿਆ ਜਾਵੇ। ਠੀਕ ਹੈ, ਅਤੇ ਮੈਂ ਉਹ ਜਿਹੜੀ ਤੁਹਾਡੀਆਂ ਸ਼ੇਰ ਦੀਆਂ ਦੋ ਤੁਸੀਂ ਮੂਰਤੀਆਂ ਬਣਾਈਆਂ, ਮੈਂ ਉਹਨਾਂ ਦੀ ਜ਼ਰੂਰ ਗੱਲ ਕਰਨਾ ਚਾਹਾਂਗੀ ਔਰ ਅਸੀਂ ਉਹਨੂੰ ਸਕਰੀਨ ਦੇ ਉੱਪਰ ਦਿਖਾਵਾਂਗੇ ਵੀ। ਇਹ ਜਿਹੜੀਆਂ ਸ਼ੇਰ ਦੀਆਂ ਮੂਰਤੀਆਂ ਨੇ ਇਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ। ਇਹ ਸ਼ੇਰ ਆਪਣੇ ਲੇਡੀ ਮਾਰਕੀਟ ਰੋਡ 'ਤੇ ਨਾਨਕਸਰ ਗੁਰਦੁਆਰਾ ਸਾਹਿਬ ਉੱਥੇ ਸ਼ੋਭਿਤ ਕੀਤੇ ਆ, ਇਹਨਾਂ ਨੂੰ ਬਣਾਇਆ ਨੂੰ ਤਕਰੀਬਨ ਹਲੇ 20 ਕੁ ਦਿਨ ਹੀ ਹੋਏ ਨੇ। ਅੱਛਾ ਜੀ। ਇੱਥੇ ਯੂਕੇ ਦੇ ਵਿੱਚ ਜਦੋਂ ਮੈਂ ਨਵਾਂ ਹੁਣ ਆਇਆ ਤਾਂ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਕੀਤਾ ਸੀ। ਯਾਨੀ ਜਿਹੜੇ ਸ਼ੇਰ ਨੇ ਸ਼ੇਰਾਂ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ? ਹਾਂਜੀ, ਸ਼ੇਰਾਂ ਤੋਂ ਸ਼ੁਰੂਆਤ ਹੋਈ ਅਤੇ ਇਹ ਜਿਹੜਾ ਲੇਡੀ ਮਾਰਗਰੇਟ ਰੋਡ ਦੇ ਉੱਪਰ ਗੁਰਦੁਆਰਾ ਸਾਊਥ ਹਾਲ ਦੇ ਵਿੱਚ ਨਾਨਕਸਰ ਗੁਰਦੁਆਰਾ, ਨਾਨਕਸਰ ਉਹਦੇ ਬਾਹਰ ਇਹ ਸਜਾਏ ਗਏ? ਹਾਂਜੀ, ਮੇਨ ਗੇਟ। ਠੀਕ ਹੈ, ਅਤੇ ਇਹਦੀ ਫਰਮਾਇਸ਼ ਜਿਹੜੀ ਆ ਜਾਂ ਤੁਹਾਨੂੰ ਅਪਰੋਚ ਕਿੱਥੋਂ ਮਿਲੀ ਹੈਗੀ ਹੈ? ਇਹ ਮਤਲਬ ਜਿਸ ਤਰ੍ਹਾਂ ਆਪਾਂ ਜਾਂਦੇ ਹਾਂ ਧਾਰਮਿਕ ਸਥਾਨ 'ਤੇ ਤਾਂ ਇਸ ਤਰ੍ਹਾਂ ਉਹਨਾਂ ਨੂੰ ਦੱਸਿਆ ਵੀ ਮੈਂ ਇੰਡੀਆ ਤੋਂ ਨਵਾਂ ਆਇਆ ਤਾਂ ਇਹ ਮਹਿਦਿਆਣਾ ਸਾਹਿਬ ਕੰਮ ਕਰਦਾ ਸੀ, ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੀ ਵੀ ਇੱਛਾ ਕਿ ਇਸ ਤਰ੍ਹਾਂ ਦਾ ਕੁਛ ਬਣਾਇਆ ਜਾਵੇ, ਤਾਂ ਉਹਨਾਂ ਨੇ ਇਹ
ਬਣਵਾਏ ਬਣਵਾਏ ਆ ਠੀਕ ਹੈ ਸੋ ਜਾਨੀ ਜਿਹੜਾ ਯੂਕੇ ਦੇ ਵਿੱਚ ਇਹ ਤੁਹਾਡਾ ਪਹਿਲਾ ਇਹ ਕੰਮ ਹੈਗਾ ਔਰ ਮਤਲਬ ਜਿਹੜੀਆਂ ਤੁਸੀਂ ਮੂਰਤੀਆਂ ਬਣਾਉਂਦੇ ਹੋ ਇਹ ਤੁਸੀਂ ਜਿਹੜਾ ਸਹੀ ਆਕਾਰ ਹੁੰਦਾ ਇਨਸਾਨੀ ਉਹਦੇ ਹਿਸਾਬ ਨਾਲ ਬਣਾਉਂਦੇ ਹੋ ਜਾਂ ਛੋਟਾ ਵੱਡਾ ਸਾਈਜ਼ ਵੀ ਕਰ ਦਿੰਦੇ ਹੋ ਨਹੀਂ ਸਾਈਜ਼ ਵੀ ਛੋਟਾ ਵੱਡਾ ਹੋ ਜਾਂਦਾ ਪਰ ਜਦੋਂ ਕੋਈ ਵੀ ਆਪਾਂ ਨੂੰ ਕਹਿ ਲਈਏ ਪੋਰਟਰੇਟ ਜ਼ਿਆਦਾਤਰ ਹੂ ਪੋਰਟਰੇਟ ਬਣਾਉਣਾ ਪੈਂਦਾ ਤਾਂ ਆਪਾਂ ਨੂੰ ਪਿਕਚਰ ਮਿਲਦੀ ਆ ਤਾਂ ਉਹਦੇ ਨਾਲ ਪਿਕਚਰ 'ਤੇ ਆਪਾਂ ਨੂੰ ਕਈ ਵਾਰ ਦੋ ਦੋ ਤਿੰਨ ਦਿਨ ਸਟੱਡੀ ਕਰਨੀ ਪੈਂਦੀ ਆ ਵੀ ਇਸ ਤਰ੍ਹਾਂ ਆਕਾਰ ਕਿੱਦਾਂ ਵਧੀਆ ਲੱਗੂਗਾ ਜੇ ਇਹਦਾ ਹਾਈਟ ਜ਼ਿਆਦਾ ਹੋ ਗਈ ਤਾਂ ਇੱਦਾਂ ਆਪਦੇ ਮਾਇੰਡ ਦੇ ਵਿੱਚ ਦੋ ਤਿੰਨ ਦਿਨ ਬੰਦਾ ਸੋਚਦਾ ਰਹਿੰਦਾ ਇਸ ਤਰ੍ਹਾਂ ਤਾਂ ਫਿਰ ਉਹਨੂੰ ਅਸਲੀ ਰੂਪ ਦਿੱਤਾ ਜਾਂਦਾ ਠੀਕ ਹੈ ਜਦੋਂ ਮਤਲਬ ਜਿਹੜੇ ਹੁਣ ਤੁਸੀਂ ਇਨਸਾਨਾਂ ਦੀਆਂ ਜਿਹੜੀਆਂ ਤੁਸੀਂ ਮੂਰਤੀਆਂ ਬਣਾਉਂਦੇ ਹੋ ਜਿਸ ਤਰ੍ਹਾਂ ਤੁਸੀਂ ਜੇ ਆਪਣੇ ਇਤਿਹਾਸ ਨਾਲ ਅਸੀਂ ਸੰਬੰਧ ਰੱਖਦੀਆਂ ਜਿਵੇਂ ਚੀਜ਼ਾਂ ਦੀ ਗੱਲ ਕਰੀਏ ਅਸੀਂ ਸਾਰੀਆਂ ਪਿਕਚਰਸ ਤਾਂ ਨਹੀਂ ਅੱਜ ਦਿਖਾ ਸਕਦੇ ਪਰ ਜਿਵੇਂ ਸਾਡੇ ਜਿਹੜੇ ਯੋਧੇ ਹੋਏ ਨੇ ਸੂਰਮੇ ਹੋਏ ਨੇ ਜਿਵੇਂ ਸ਼ਹੀਦ ਭਗਤ ਸਿੰਘ ਸ਼ਹੀਦ ਊਧਮ ਸਿੰਘ ਤੁਸੀਂ ਮੇਰੇ ਖਿਆਲ 'ਚ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਹਾਂਜੀ ਸ਼ਹੀਦ ਭਗਤ ਸਿੰਘ ਦੀਆਂ ਜਿੱਦਾਂ ਉਹਨਾਂ ਦੀ ਫੈਮਿਲੀ ਦੇ ਕੁਝ ਮੈਂਬਰ ਉੱਤਰਾਖੰਡ ਦੇ ਵਿੱਚ ਰਹਿੰਦੇ ਸ਼ਹੀਦ ਭਗਤ ਸਿੰਘ ਜੀ ਹਾਂ ਉਦੋਂ ਉਹਨਾਂ ਦੇ ਮਤਲਬ ਭੈਣ ਜੀ ਜਿਹੜੇ ਸੀਗੇ ਪਿੱਛੇ ਜੇ ਉਹਨਾਂ ਦੀ ਡੈਥ ਹੋ ਗਈ ਆ ਉਹ ਵੀ ਸੀ ਉੱਥੇ ਉਹਨਾਂ ਨੇ ਮੂਰਤੀ ਬਣਵਾਈ ਬਾਜਪੁਰ ਦੇ ਵਿੱਚ ਜਿਹੜਾ ਭਗਤ ਸਿੰਘ ਦੇ ਨਾਮ ਦੇ ਨਾਲ ਚੌਂਕ ਉੱਥੇ ਬਣਾਇਆ ਹੋਇਆ ਤਾਂ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਚਲੋ ਸੁਭਾਗ ਪ੍ਰਾਪਤ ਹੋਇਆ ਸਾਨੂੰ ਅਤੇ ਨਾਲੇ ਜਿਹੜੀ ਮੂਰਤੀ ਆ ਮਤਲਬ ਉਹਨਾਂ ਨੂੰ ਉੱਥੇ ਏਰੀਏ ਦੇ ਵਿੱਚ ਇੱਦਾਂ ਕਿ ਭਗਤ ਸਿੰਘ ਦੇ ਫੈਮਿਲੀ ਦੇ ਮੈਂਬਰ ਇੱਥੇ ਰਹਿੰਦੇ ਆ ਤਾਂ ਉਹਨਾਂ ਨੇ ਉੱਥੇ ਮੂਰਤੀ ਬਾਜਪੁਰ ਯਾਨੀ ਜਿਹੜਾ ਉੱਤਰਾਖੰਡ ਦੇ ਵਿੱਚ ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੀ ਜਾਵਾਂ ਜਿਹਨਾਂ ਨੂੰ ਨਹੀਂ ਪਤਾ ਹੈਗਾ ਯੂਪੀ ਦਾ ਇੱਕ ਪਾਰਟ ਉੱਤਰ ਪ੍ਰਦੇਸ਼ ਦਾ ਇੱਕ ਪਾਰਟ ਜਿਹੜਾ ਆ ਉਹਨੂੰ ਹੁਣ ਉੱਤਰਾਖੰਡ ਦਾ ਨਾਮ ਦੇ ਦਿੱਤਾ ਗਿਆ ਹੈ ਅਤੇ ਉਹ ਉੱਤਰਾਖੰਡ ਜਿਹੜਾ ਆ ਉਹ ਦੂਸਰੇ ਨੰਬਰ 'ਤੇ ਪੰਜਾਬ ਹੈਗਾ ਆ ਜਿਹੜੇ ਲੋਕ ਜਾਣਦੇ ਨੇ ਉੱਥੇ ਬਹੁਤ ਸਾਰੇ 1947 ਦੀ ਵੰਡ ਤੋਂ ਬਾਅਦ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਸਨ ਜਿਹੜੇ ਪਾਕਿਸਤਾਨ ਤੋਂ ਆਏ ਸਨ ਉੱਧਰ ਜਾ ਕੇ ਉਹਨਾਂ ਨੂੰ ਜ਼ਮੀਨਾਂ ਅਲੋਟ ਹੋਈਆਂ ਸਨ ਅਤੇ ਉਹ ਉੱਥੇ ਰਹਿ ਰਹੇ ਨੇ ਅਤੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਅਤੇ ਉਹ ਪੰਜਾਬੀਅਤ ਉੱਥੇ ਕਾਫ਼ੀ ਜ਼ਿਆਦਾ ਹੈਗੀ ਬਹੁਤ ਜ਼ਿਆਦਾ ਪੰਜਾਬੀ ਲੋਕ ਆ ਸ਼ਹੀਦ ਭਗਤ ਸਿੰਘ ਚੌਂਕ ਆ ਉੱਥੇ ਬਣਿਆ ਹੋਇਆ ਅਤੇ ਉਹ ਯਾਨੀ ਚੌਂਕ ਦੇ ਵਿੱਚ ਉਹ ਮੂਰਤੀ ਲੱਗੀ ਮੂਰਤੀ ਲੱਗੀ ਹੋਈ ਹੈ ਅਤੇ ਮੂਰਤੀਆਂ ਦਾ ਜਿਹੜਾ ਹੈਗਾ ਉਹਨਾਂ ਵੱਲ ਵੇਖ ਕੇ ਇੱਕ ਤਾਂ ਅਸੀਂ ਕਿਤਾਬਾਂ ਪੜ੍ਹਦੇ ਹਾਂ ਅਤੇ ਬੱਚੇ ਜਿਹੜੇ ਨੇ ਉੱਥੋਂ ਇਤਿਹਾਸ ਸਿੱਖਦੇ ਨੇ ਪਰ ਜਦੋਂ ਕਿਸੇ ਧਾਰਮਿਕ ਸਥਾਨ 'ਤੇ ਜਾਂ ਸਾਡੇ ਕਿਸੇ ਮਿਊਜ਼ੀਅਮ ਦੇ ਵਿੱਚ ਜਾਂ ਹੁਣ ਸਕੂਲਾਂ ਦੇ ਵਿੱਚ ਵੀ ਜਦੋਂ ਕਿਤੇ ਮੂਰਤੀਆਂ ਲੱਗੀਆਂ ਹੁੰਦੀਆਂ ਨੇ ਤਾਂ ਬੱਚੇ ਮੂਰਤੀਆਂ ਵੱਲ ਦੇਖ ਕੇ ਸਵਾਲ ਪੁੱਛਦੇ ਨੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕਿ ਮੂਰਤੀਆਂ ਕੀ ਰੋਲ ਪਲੇ ਕਰਦੀਆਂ ਨੇ ਬੱਚਿਆਂ ਨੂੰ ਹਿਸਟਰੀ ਦਿਖਾਉਣ ਵਾਸਤੇ ਬੱਚਿਆਂ ਨੂੰ ਹਿਸਟਰੀ ਇੱਦਾਂ ਹੁੰਦਾ ਜਿੱਦਾਂ ਆਪਾਂ ਕਹਿ ਲਈਏ ਵੀ ਹੁਣ ਮੇਰਾ ਵੀ ਮੇਨ ਇਹ ਟੀਚਾ ਹਰੇਕ ਇਨਸਾਨ ਦੇ ਮਨ ਦੇ ਵਿੱਚ ਕੁਝ ਖਿਆਲ ਹੁੰਦੇ ਆ ਕਿ ਆਪਾਂ ਇੱਥੇ ਵੀ ਆਪਣਾ ਟਾਰਗੇਟ ਹੁੰਦਾ ਮਤਲਬ ਇੱਦਾਂ ਹੁੰਦਾ ਵੀ ਜਿੱਦਾਂ ਅਕਾਲੀ ਫੂਲਾ ਸਿੰਘ ਜੀ ਹੋ ਗਏ ਮਹਾਰਾਜਾ ਰਣਜੀਤ ਸਿੰਘ ਜੱਸਾ ਸਿੰਘ ਆਲੂਵਾਲੀਆ ਜਾਂ ਸ਼ਾਮ ਸਿੰਘ ਅਟਾਰੀ ਕਹਿ ਲਏ ਜਿਹੜੇ ਆਪਣੇ ਯੋਧੇ ਜਿਨ੍ਹਾਂ ਨੇ ਆਪਣੇ ਇਤਿਹਾਸ ਦੇ ਵਿੱਚ ਆਪਾਂ ਉਹਨਾਂ ਦਾ ਨਾਮ ਬੜੇ ਮਾਣ ਦੇ ਨਾਲ ਲੈਂਦੇ ਹਾਂ ਮਤਲਬ ਉਹਨਾਂ ਦੀਆਂ ਮੂਰਤੀਆਂ ਸਟੈਚੂ ਬਣਾ ਕੇ ਇੱਕ ਐਜ਼ ਏ ਜਿੱਦਾਂ ਆਪਾਂ ਕਹਿ ਲਈਏ ਮੰਨਤਾ ਉਸ ਤਰ੍ਹਾਂ ਨਹੀਂ ਜਿੱਦਾਂ ਕਈ ਲੋਕ ਹੁੰਦੇ ਉਹਨੂੰ ਉਲਟ ਪਾਸੇ ਲੈ ਜਾਂਦੇ ਇਹ ਨਹੀਂ ਪਰ ਉਹਨਾਂ ਨੂੰ ਪੇਸ਼ ਕੀਤਾ ਜਾਵੇ ਤਾਂ ਉਹ ਜਿੱਦਾਂ ਇੱਕ ਬੁੱਕ ਹੁੰਦੀ ਆ ਉਹ ਆਪਾਂ ਪੜ੍ਹ ਲੈਂਦੇ ਹਾਂ ਪਰ ਕੁਛ ਟਾਈਮ ਬਾਅਦ ਹੁੰਦਾ ਚਲੋ ਰੁਝੇਵਿਆਂ ਦੇ ਵਿੱਚ ਇੱਦਾਂ ਨਹੀਂ ਪਰ ਜੋ ਆਪਾਂ ਨੂੰ ਸਾਹਮਣੇ ਪੇਸ਼ ਕੀਤਾ ਗਿਆ ਇੱਕ ਸਟੈਚੂ ਤਾਂ ਦੇਖਦੇ ਹਾਂ ਤਾਂ ਉਹਦੇ ਨਾਲ ਜ਼ਿਆਦਾ ਪ੍ਰਭਾਵ ਛੱਡਦਾ ਉਹ ਵੀ ਬੱਚਿਆਂ ਨੂੰ ਆਪਾਂ ਦੱਸ ਸਕਦੇ ਹਾਂ ਵੀ ਆਪਣੇ ਯੋਧੇ ਅਕਾਲੀ ਫੂਲਾ ਸਿੰਘ ਜੀ ਹੋਏ ਇਹਨਾਂ ਨੇ ਇੱਥੇ ਜੰਗ ਲੜੀ ਇਤਿਹਾਸ ਦੇ ਵਿੱਚ ਆਉਂਦਾ ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਭਗਤ ਸਿੰਘ ਜੀ ਦੇ ਸਿਸਟਰ ਨੇ ਉਹਨਾਂ ਨੇ ਤੁਹਾਨੂੰ ਕਿਹਾ ਕਿ ਸਾਡੇ ਵੀਰ ਜੀ ਦੀ ਮਤਲਬ ਸਟੈਚੂ ਬਣਾਇਆ ਜਾਵੇ ਇਹ ਇੱਕ ਕਿਸਮ ਨਾਲ ਮਾਣ ਦੀ ਗੱਲ ਹੁੰਦੀ ਹੈ ਕਿ ਮਤਲਬ ਇੱਕ ਚੌਂਕ ਦੇ ਵਿੱਚ ਉਹਨਾਂ ਨੂੰ ਮਤਲਬ ਇੱਕ ਕਿਸਮ ਨਾਲ ਅਸੀਂ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਸ਼ਰਧਾਂਜਲੀ ਭੇਟ ਕੀਤੀ ਜੀ ਤੇ ਬਾਕੀ ਇਹ ਠੀਕ ਹੈ ਕਿ ਜਿਹੜੇ ਸਿੱਖ ਸਿਧਾਂਤ ਨੇ ਜਿੱਦਾਂ ਹੁੰਦਾ ਵੀ ਉੱਤਰਾਖੰਡ ਦੇ ਵਿੱਚ ਹੋਰ ਕਮਿਊਨਿਟੀ ਦੇ ਲੋਕ ਵੀ ਰਹਿੰਦੇ ਉਹਨਾਂ ਨੂੰ ਵੀ ਇਹ ਉਹ ਵੀ ਬੜੇ ਮਾਣ ਨਾਲ ਕਹਿੰਦੇ ਵੀ ਸਾਨੂੰ ਆਜ਼ਾਦੀ ਸਰਦਾਰ ਭਗਤ ਸਿੰਘ ਜੀ ਨੇ ਦਵਾਈ ਠੀਕ ਹੈ ਮਤਲਬ ਉਹ ਉਹਦੇ ਨਾਲ ਇੱਕ ਹੋਰ ਬਾਕੀ ਕਮਿਊਨਿਟੀਜ਼ ਦੇ ਵਿੱਚ ਵੀ ਉਹ ਜਿਹੜਾ ਨਾਮ ਹੈ ਉਹ ਜਾਂਦਾ ਹੈਗਾ ਤੇ ਜਿਹੜਾ ਸਟੈਚੂ ਹੈਗਾ ਉਹਨੂੰ ਡਿਸਕ੍ਰਾਈਬ ਕਰਨ ਵਾਸਤੇ ਕੋਈ ਲੈਂਗੁਏਜ ਦੀ ਲੋੜ ਨਹੀਂ ਪੈਣੀ ਜਿਹੜੀ ਸਾਹਮਣੇ ਚੀਜ਼ ਦਿਸ ਰਹੀ ਹੈ ਉਹਦੇ ਬਾਰੇ ਆਪਣੇ ਆਪ ਪਤਾ ਲੱਗ ਜਾਂਦਾ ਬਾਕੀ ਮੈਂ ਸਿੱਖ ਸਿਧਾਂਤਾਂ ਦੀ ਗੱਲ ਕਰਨ ਲੱਗੀ ਸੀ ਵੀ ਸਿੱਖ ਸਿਧਾਂਤਾਂ ਦੇ ਅਨੁਸਾਰ ਜਿਹੜੇ ਸਾਡੇ ਗੁਰੂ ਨੇ
ਤੇ ਉਹ ਅਸੀਂ ਉਹਨਾਂ ਦੀਆਂ ਤਸਵੀਰਾਂ ਮੈਨੂੰ ਪਤਾ ਕਿ ਕਈ ਆਰਟਿਸਟ ਪਹਿਲਾਂ ਬਣਾਉਂਦੇ ਰਹੇ ਨੇ ਤੁਸੀਂ ਉਹ ਕੋਈ ਤਸਵੀਰਾਂ ਨਹੀਂ ਗੁਰੂਆਂ ਦੀਆਂ ਨਹੀਂ ਬਣਾਉਂਦੇ ਹੈਗੇ ਨਹੀਂ 10 ਗੁਰੂ ਸਾਹਿਬਾਨ ਦੇ ਵਿੱਚੋਂ ਅਸੀਂ ਕਿਸੇ ਵੀ ਗੁਰੂ ਦਾ ਕੋਈ ਸਟੈਚੂ ਇਸ ਤਰ੍ਹਾਂ ਨਹੀਂ ਬਣਾਇਆ ਹਾਂਜੀ ਕਿਉਂਕਿ ਤਸਵੀਰਾਂ ਵੀ ਨਹੀਂ ਤੁਸੀਂ ਬਣਾਉਂਦੇ ਤਸਵੀਰਾਂ ਵੀ ਨਹੀਂ ਬਣਾਉਂਦੇ ਕਿਉਂਕਿ ਐਦਾਂ ਹੁੰਦਾ ਇਹ ਆਪਾਂ ਨੂੰ ਜਿੱਦਾਂ ਆਪਾਂ ਬਣਾ ਦਿੰਦੇ ਹਾਂ ਤਾਂ ਉਸ ਨੂੰ ਮਤਲਬ ਜਿੱਦਾਂ ਕਹਿ ਲਈਏ ਆਪਣੇ ਇਤਿਹਾਸ ਦੇ ਵਿੱਚ ਹੈ ਵੀ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ ਪਰ ਇਸ ਨੂੰ ਮੁੱਖ ਰੱਖਦੇ ਹੋਏ ਵੀ ਆਪਾਂ ਕਿਸੇ ਵੀ ਗੁਰੂ ਸਾਹਿਬ ਦਾ ਕੋਈ ਵੀ ਸਟੈਚ ਨਹੀਂ ਯਾਨੀ ਤੁਸੀਂ ਸਿੱਖ ਸਿਧਾਂਤਾਂ ਨੂੰ ਪੂਰੇ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜਾ ਕੰਮ ਹੈ ਉਹ ਤੁਸੀਂ ਕਰ ਰਹੇ ਹੋ ਸਿੱਖ ਇਹਦੇ ਵਿੱਚ ਮਤਲਬ ਕੱਲ੍ਹ ਨੂੰ ਕੋਈ ਕਿੰਤੂ ਪ੍ਰੰਤੂ ਨਾ ਹੋਵੇ ਬਈ ਇਹਨਾਂ ਨੇ ਗੁਰੂ ਸਾਹਿਬ ਦਾ ਸਟੈਚੂ ਬਣਾਇਆ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਬਣਾਇਆ ਹਾਂ ਇੱਦਾਂ ਜਿੱਦਾਂ ਛੋਟੇ ਸਾਹਿਬਜ਼ਾਦੇ ਆ ਨੀਹਾਂ ਦੇ ਵਿੱਚ ਚਣੇ ਜੰਗ ਦੇ ਵਿੱਚ ਉਹ ਸੀਨ ਜ਼ਰੂਰ ਅਸੀਂ ਤਿਆਰ ਕੀਤੇ ਦਿਖਾਰ ਕੀਤੇ ਠੀਕ ਹੈ ਜੀ ਔਰ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਹੋਏ ਨੇ ਜਗਤਾਰ ਸਿੰਘ ਗਿੱਲ ਜੀ ਜੋ ਕਿ ਮੂਰਤੀਕਾਰ ਨੇ ਸਟੈਚੂ ਆਰਟਿਸਟ ਨੇ ਅੱਜ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਇਹ ਉਸੇ ਪੰਜਾਬ ਤੋਂ ਆਏ ਨੇ ਜਿਸ ਪੰਜਾਬ ਦੇ ਵਿੱਚ ਕਹਿੰਦੇ ਨੇ ਵੀ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਉਹੀ ਪੰਜਾਬ ਜਿੱਥੇ ਕਹਿੰਦੇ ਨੇ ਬੇਰੁਜ਼ਗਾਰੀ ਬਹੁਤ ਹੈ ਉਸ ਪੰਜਾਬ ਦਾ ਇਹ ਨੌਜਵਾਨ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚਿਆ ਅਤੇ ਆਪਣੀ ਜ਼ੁਬਾਨੀ ਆਪਣੀ ਕਲਾ ਦੀ ਇਹ ਗੱਲਬਾਤ ਕਰ ਰਿਹਾ ਹੈ ਪ੍ਰੋਗਰਾਮ ਪੰਜਾਬੀ ਵਿਰਸਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 07707484906 ਤੇ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਪੰਜਾਬੀ ਵਿਰਸਾ ਪ੍ਰੋਗਰਾਮ ਦੇ ਦੂਸਰੇ ਭਾਗ ਦੇ ਵਿੱਚ ਰੂਪਦਵਿੰਦਰ ਕੌਰ ਦੇ ਵੱਲੋਂ ਆਪ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਆਰਟਿਸਟ ਜਗਤਾਰ ਸਿੰਘ ਗਿੱਲ ਜੀ ਦੇ ਨਾਲ ਔਰ ਇਹਨਾਂ ਦੀ ਆਰਟ ਜਿਹੜੀ ਹੈ ਇਹਨਾਂ ਦੀ ਕਲਾ ਜਿਹੜੀ ਹੈ ਬਿਲਕੁਲ ਹੀ ਵਿਲੱਖਣ ਕਿਸਮ ਦੀ ਹੈ ਸਾਡੇ ਕੋਲ ਗੀਤ ਗਾਉਣ ਵਾਲੇ ਗਾਇਕ ਵੀ ਆਉਂਦੇ ਨੇ ਵਾਜਾ ਵਜਾਉਣ ਵਾਲੇ ਮਿਊਜ਼ੀਸ਼ੀਅਨਸ ਵੀ ਆਉਂਦੇ ਨੇ ਸਾਡੇ ਕੋਲ ਲੇਖਕ ਵੀ ਆਉਂਦੇ ਨੇ ਪੋਇਟ ਵੀ ਆਉਂਦੇ ਨੇ ਪਰ ਇਹਨਾਂ ਦੀ ਜਿਹੜੀ ਕਲਾ ਇਹ ਮੂਰਤੀਆਂ ਬਣਾਉਂਦੇ ਨੇ ਔਰ ਮੂਰਤੀਆਂ ਵੀ ਐਸੀਆਂ ਬਣਾਉਂਦੇ ਨੇ ਜਿਹੜੀਆਂ ਮੂੰਹ ਬੋਲਦੀਆਂ ਨੇ ਇਸ ਤਰ੍ਹਾਂ ਲੱਗਦਾ ਕਿ ਹੁਣੇ ਉਹਨਾਂ 'ਚ ਜਾਨ ਪੈ ਜਾਣੀ ਹੈ ਅਤੇ ਹੁਣੇ ਉਹਨਾਂ ਨੇ ਗੱਲਬਾਤ ਕਰਨ ਲੱਗ ਜਾਣਾ ਅਤੇ ਇੱਕ ਵਾਰ ਫਿਰ ਤੁਹਾਡਾ ਜਗਤਾਰ ਜੀ ਸਵਾਗਤ ਕਰਦੇ ਹਾਂ ਜੀ ਅਤੇ ਤੁਹਾਡਾ ਫੇਸਬੁੱਕ ਪੇਜ ਵੀ ਹੈਗਾ ਮੇਰੇ ਖਿਆਲ 'ਚ ਹਾਂ ਫੇਸਬੁੱਕ ਪੇਜ ਵੀ ਹੈ ਪ੍ਰੋਗਰਾਮ ਹੈ ਇਹ ਤੁਸੀਂ ਫੇਸਬੁੱਕ ਦੇ ਉੱਪਰ ਲਾਈਵ ਵੀ ਦੇਖਦੇ ਹੋ ਸਾਡੇ ਅਕਾਲ ਚੈਨਲ ਦਾ ਜਿਹੜਾ ਪੇਜ ਹੈ ਉਹ ਤੁਸੀਂ ਲਾਈਕ ਕਰੋ ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਹੋ ਔਰ ਆਪਣੇ ਜਿਹੜੇ ਕਮੈਂਟਸ ਨੇ ਉਹ ਵੀ ਜ਼ਰੂਰ ਲਿਖ ਕੇ ਸਾਨੂੰ ਭੇਜਿਆ ਕਰੋ ਤੁਹਾਡੀ ਫੀਡਬੈਕ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਅਤੇ ਗੱਲਬਾਤ ਅਸੀਂ ਜਾਰੀ ਕਰਦੇ ਹਾਂ ਅਤੇ ਹੁਣ ਥੋੜ੍ਹਾ ਜਿਹਾ ਅਸੀਂ ਤੁਹਾਡੇ ਕੋਲੋਂ ਕੀ ਕਹਿੰਦੇ ਹੁੰਦੇ ਸੀਕਰੇਟ ਲੈਣਾ ਤੁਹਾਡੀ ਜੋਬ ਦਾ ਅਤੇ ਤੁਸੀਂ ਸਾਨੂੰ ਇਹ ਦੱਸੋ ਵੀ ਇਹਦੇ ਵਿੱਚ ਮਟੀਰੀਅਲ ਤੁਸੀਂ ਕੀ ਯੂਜ਼ ਕਰਦੇ ਹੋ ਇੱਦਾਂ ਹੁੰਦਾ ਜ਼ਿਆਦਾਤਰ ਜੋ ਸਟੈਚੂ ਬਣਾਇਆ ਉਹਦੇ ਅਸੀਂ ਸੀਮੈਂਟਡ ਹੀ ਹੁੰਦਾ ਸੀਮੈਂਟ ਜਾਂ ਸੀਮੈਂਟ ਕੌਂਕਰੀਟ ਪਰ ਹੁਣ ਕਈ ਵਾਰ ਹੁੰਦਾ ਜ਼ਿਆਦਾ ਮੂਰਤੀਆਂ ਜਿੱਦਾਂ ਦੂਰ ਲਿਜਾਣੀਆਂ ਜਾਂ ਬਾਹਰਲੇ ਕੰਟਰੀਜ਼ ਦੇ ਵਿੱਚ ਆਪਾਂ ਡਿਮਾਂਡ ਆਉਂਦੀ ਆ ਤਾਂ ਉਹ ਫਿਰ ਸਾਨੂੰ ਫਾਈਬਰ ਦੀਆਂ ਮੂਰਤੀਆਂ ਬਣਾਉਣੀਆਂ ਪੈਂਦੀਆਂ ਫਾਈਬਰ ਯਾਨੀ ਫਾਈਬਰ ਇੱਕ ਲਿਕਡ ਮਟੀਰੀਅਲ ਹੁੰਦਾ ਉਹ ਆਪਾਂ ਨੂੰ ਇੱਕ ਸਟੈਚੂ ਤਿਆਰ ਕਰਕੇ ਉਸ ਦਾ ਫਰਮਾ ਜਿਹਨੂੰ ਅਸੀਂ ਡਾਈ ਕਹਿੰਦੇ ਹਾਂ ਉਹ ਡਾਈ ਬਣਾ ਕੇ ਉਹਦੇ ਵਿੱਚ ਭਰ ਦਿੱਤਾ ਜਾਂਦਾ ਤਾਂ ਜਿੱਥੇ ਸੀਮੈਂਟਡ ਮੂਰਤੀ ਦਾ ਵੇਟ ਕੁਆਂਟਲ ਡੇਢ ਕੁਆਂਟਲ ਹੁੰਦਾ ਉੱਥੇ ਉਹਦਾ 10-15 ਕਿਲੋ ਯਾਨੀ ਕਾਫੀ ਉਹ ਹਲਕੀ ਹੁੰਦੀ ਹਾਂ ਉਹ ਸ਼ਿਪਿੰਗ ਦੇ ਵਿੱਚ ਇਦਾਂ ਸੌਖਾ ਹੁੰਦਾ ਪਰ ਜਿਹੜੀ ਡਿਊਰੇਬਿਲਿਟੀ ਕਿਹਦੀ ਜ਼ਿਆਦਾ ਹੁੰਦੀ ਮਤਲਬ ਜ਼ਿਆਦਾ ਚਿਰ ਵਾਸਤੇ ਕਿਹੜੀ ਜਿਹੜਾ ਮਟੀਰੀਅਲ ਹੈ ਉਹ ਚੱਲਦਾ ਆ ਜ਼ਿਆਦਾਤਰ ਤਾਂ ਸੀਮੈਂਟਡ ਜਿਹੜੀਆਂ ਅਸੀਂ ਸਟੈਚੂ ਬਣਾਉਂਦੇ ਹਾਂ ਉਹ ਲੌਂਗ ਲਾਈਫ ਚੱਲਦੇ ਆ ਅਸੀਂ ਆਪਣੇ ਵੱਲੋਂ ਉਸਦੀ 50-60 ਸਾਲ ਦੀ ਲਾਈਫ ਦੱਸਦੇ ਹਾਂ
ਜਿਹੜਾ ਸੀਮੈਂਟ ਦਾ ਖਰਾਬ ਨਹੀਂ ਹੁੰਦਾ ਜੀ। ਤੇ ਜਦੋਂ ਫਿਰ ਖਰਾਬ ਹੁੰਦਾ ਫਿਰ ਆਬਵੀਅਸਲੀ ਉਹਨੂੰ ਦੁਬਾਰਾ ਬਣਾਉਣਾ ਪੈਂਦਾ। ਉਹਨਾਂ ਬਣਾਉਣਾ ਨਹੀਂ ਉਸ ਨੂੰ ਮਤਲਬ ਉਸ ਤਰ੍ਹਾਂ ਫਿਲਿੰਗ ਕਰਕੇ ਰੀਪੇਂਟ ਹੋ ਜਾਂਦਾ। ਰੀਪੇਂਟ ਹਾਂਜੀ, ਦੁਬਾਰਾ ਬਣਾਉਣ ਦਾ ਨਹੀਂ ਹੁੰਦਾ ਇਸ ਤਰ੍ਹਾਂ, ਕਿਉਂਕਿ ਸੀਮੈਂਟ ਦਾ ਆਮ ਆਪਾਂ ਦੇਖਦੇ ਬਿਲਡਿੰਗਸ ਕਿੱਡੀਆਂ ਕਿੱਡੀਆਂ ਨੋਰਮਲੀ ਉਦਾਂ ਹੀ ਪਏ ਆ ਤਾਂ ਉਦਾਂ ਹੀ ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਤਸਵੀਰਾਂ ਦੇਖ ਰਹੇ ਸੀ, ਜਿਵੇਂ ਤੁਸੀਂ ਅਕਾਲੀ ਫੂਲਾ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ ਉਹਨਾਂ ਦੀਆਂ ਜਿਹੜੀਆਂ ਤੁਸੀਂ ਸਟੈਚੂਜ਼ ਬਣਾਏ ਹੈਗੇ ਨੇ, ਉਹਨਾਂ ਨੂੰ ਤੁਸੀਂ ਮਤਲਬ ਉਹਨਾਂ ਦੇ ਜਿਹੜੇ ਕੱਪੜੇ ਨੇ ਉਹ ਅਲੱਗ ਕਲਰ ਦੇ ਪੇਂਟ ਕੀਤੇ ਨੇ, ਜਿਹੜਾ ਫੇਸ ਹੈਗਾ ਉਹ ਅਲੱਗ ਕਿਸਮ ਦਾ, ਜਿਵੇਂ ਦਾੜੀ ਮਤਲਬ ਉਹ ਬਿਲਕੁਲ ਸਾਰਾ ਰੀਅਲ ਲੱਗਦਾ। ਅਤੇ ਇਹ ਜਦੋਂ ਮੂਰਤੀ ਬਣ ਜਾਂਦੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਪੇਂਟ ਕਰਦੇ ਹੋ, ਕੀ ਕਰਦੇ ਹੋ? ਹਾਂ, ਉਸ ਤੋਂ ਬਾਅਦ ਉਸਨੂੰ ਮਤਲਬ ਗ੍ਰੈਂਡ ਕਰਕੇ ਜਿੱਦਾਂ ਆਪਾਂ ਕਹਿ ਲਈਏ ਫਿਲਿੰਗ ਕਰਨੀ ਪੈਂਦੀ ਆ, ਉਸ ਤੋਂ ਬਾਅਦ ਇਹਨੂੰ ਡਿਫਰੈਂਟ ਡਿਫਰੈਂਟ ਜੋ ਪੁਰਾਣੇ ਆਰਟਿਸਟ ਨੇ ਚਿੱਤਰਕਾਰ ਨੇ ਉਹਨਾਂ ਦੀਆਂ ਬੁੱਕਸ ਦੇ ਵਿੱਚ ਆਉਂਦੀਆਂ, ਜਿੱਦਾਂ ਸਾਨੂੰ ਫੋਟੋ ਦੀ ਡਿਮਾਂਡ ਆਉਂਦੀ ਫਿਰ ਉਸ ਤਰ੍ਹਾਂ ਦਾ ਅਸੀਂ ਕਲਰ ਤਿਆਰ ਕਰਦੇ ਹਾਂ, ਫਿਰ ਉਹਨੂੰ ਡਿਫਰੈਂਟ ਡਿਫਰੈਂਟ ਤਰ੍ਹਾਂ ਦਾ ਕਲਰ ਦਿੱਤਾ ਜਾਂਦਾ। ਜਿਸ ਤਰ੍ਹਾਂ ਹੁਣ ਤੁਸੀਂ ਅਲੱਗ ਅਲੱਗ ਜਿੱਦਾਂ ਤੁਸੀਂ ਸਟੈਚੂ ਕੋਈ ਬਣਾਇਆ ਅਤੇ ਹਰ ਇੱਕ ਜਿਹੜਾ ਸਟੈਚੂ ਹੈ ਉਹ ਇੱਕ ਦੂਜੇ ਤੋਂ ਅਲੱਗ ਦੇਖਣ ਨੂੰ ਲੱਗਦਾ, ਜਿਸ ਤਰ੍ਹਾਂ ਰੱਬ ਨੇ ਇਨਸਾਨ ਬਣਾਇਆ ਅਤੇ ਇਨਸਾਨਾਂ ਦੀਆਂ ਸ਼ਕਲਾਂ ਡਿਫਰੈਂਟ ਨੇ, ਤੁਹਾਡੇ ਆਪਣੇ ਨੈਣ ਨਕਸ਼ ਨੇ, ਮਤਲਬ ਮੇਰੇ ਆਪਣੇ ਨੇ, ਇਸ ਤਰ੍ਹਾਂ ਹਰ ਇੱਕ ਦੇ ਆਪਣੇ ਆਪਣੇ ਨੈਣ ਨਕਸ਼ ਨੇ, ਜਿਹੜੀਆਂ ਤੁਹਾਡੀਆਂ ਸਟੈਚੂਜ਼ ਨੇ ਉਹਨਾਂ ਦੇ ਵੀ ਨੈਣ ਨਕਸ਼ ਅਲੱਗ ਅਲੱਗ ਨੇ, ਇਹ ਨੈਣ ਨਕਸ਼ ਜਿਹੜੇ ਨੇ ਇਹ ਕਿਸ ਤਰ੍ਹਾਂ ਤੁਸੀਂ ਬਣਾਉਂਦੇ ਹੋ, ਮਤਲਬ ਆਈਡੀਆ ਕਿੱਥੋਂ ਆਉਂਦਾ, ਕੋਈ ਤਸਵੀਰ ਵੇਖਦੇ ਹੋ ਜਾਂ ਰਿਐਲਿਟੀ ਦੇ ਵਿੱਚ ਮਤਲਬ ਤੁਸੀਂ ਇਮੈਜੀਨੇਸ਼ਨ ਦੇ ਨਾਲ ਕਰਦੇ ਹੋ? ਇਹ ਇੱਦਾਂ ਹੁੰਦਾ, ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਰਹਿੰਦੇ, ਮਤਲਬ ਕੋਈ ਵੀ ਪਿਕਚਰ ਆਪਾਂ ਬਣਾਉਂਦੇ ਹਾਂ ਤਾਂ ਉਸ ਦੀ ਫੋਟੋ ਜਾਂ ਜੋ ਆਪਾਂ ਇਮੇਜਿਨ ਕਰਨਾ ਉਹਦੇ ਵਿੱਚ ਇੱਦਾਂ ਹੁੰਦਾ ਵੀ ਆਪਾਂ ਨੂੰ ਉਸ ਚੀਜ਼ 'ਤੇ ਸਟੱਡੀ ਕਰਨੀ ਪੈਂਦੀ 2-3 ਦਿਨ, ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਮਾਇੰਡ ਦੇ ਵਿੱਚ ਆਉਂਦਾ ਤਾਂ ਉਹਨੂੰ ਫਾਈਨਲ ਰੂਪ ਦਿੱਤਾ ਜਾਂਦਾ। ਠੀਕ ਹੈ, ਇਸੇ ਤਰ੍ਹਾਂ ਜਿਹੜਾ ਸਕਿਨ ਕਲਰ ਹੈ ਜਾਂ ਦਾੜੀ ਵਾਲ ਜਿਹੜੇ ਹੈਗੇ ਨੇ, ਹਾਂਜੀ ਉਹ ਵੱਖ ਵੱਖ ਤਰ੍ਹਾਂ ਨਾਲ ਐਕਸਪੀਰੀਅੰਸ ਕਰਕੇ ਦੇਖਣਾ ਪੈਂਦਾ ਸਾਨੂੰ ਐਟ ਏ ਟਾਈਮ ਵੀ ਇੱਦਾਂ ਇੱਦਾਂ ਜੋ ਮਿਕਸਿੰਗ ਹੁੰਦੀ ਹੈ ਕਲਰ ਕਰਕੇ ਤਾਂ ਫਿਰ ਉਹ ਫਾਈਨਲ ਦੇ ਵਿੱਚ ਜਾ ਕੇ ਬਣਦਾ। ਇਹ ਜਿਹੜੀ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸਟੈਚੂ ਤੁਸੀਂ ਬਣਾਈ ਹੈ ਉਹ ਇਸ ਟਾਈਮ 'ਤੇ ਕਿੱਥੇ ਸੁਸ਼ੋਭਿਤ ਹੈਗੀ ਹੈ? ਇਹ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਟੈਚੂ ਆ ਇਹ ਲੁਧਿਆਣਾ ਵਿਖੇ ਬਾਬਾ ਦੀਪ ਸਿੰਘ ਗੁਰਦੁਆਰਾ ਉਹਨਾਂ ਦਾ ਮੇਨ ਗੇਟ ਆ ਉੱਥੇ ਸੁਸ਼ੋਭਿਤ ਕੀਤਾ ਗਿਆ। ਠੀਕ ਹੈ, ਸੋ ਜਿਹੜੇ ਪੰਜਾਬ ਦੇ ਮੇਨ ਮੇਨ ਗੁਰਦੁਆਰੇ ਨੇ ਤਕਰੀਬਨ ਤੁਸੀਂ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਤੁਹਾਡੇ ਜਿਹੜੇ ਸਟੈਚੂਜ਼ ਨੇ ਉਹ ਜਾ ਚੁੱਕੇ ਹੈਗੇ ਨੇ, ਅਤੇ ਕੋਈ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਪਹਿਲਾਂ ਦੱਸਿਆ ਸੀ ਵੀ ਸਿੰਗਾਪੁਰ ਮਲੇਸ਼ੀਆ ਵਗੈਰਾ ਤੁਸੀਂ ਜਾ ਕੇ ਆਏ ਹੋ, ਬਾਹਰੋਂ ਵੀ ਤੁਹਾਨੂੰ ਇਹ ਕੰਮ ਮਿਲ ਰਿਹਾ ਹੈਗਾ ਜਾਂ ਨਹੀਂ? ਹਾਂਜੀ, ਬਾਹਰੋਂ ਵੀ ਕਾਫੀ ਇਹ ਕੰਮ ਮਿਲ ਰਿਹਾ, ਬਾਕੀ ਹੁਣ ਇੱਥੇ UK ਦੇ ਵਿੱਚ ਵੀ ਮੇਰੀ ਕਈ 2-3 ਧਾਰਮਿਕ ਜਿਹੜੀਆਂ ਆਪਣੀਆਂ ਸੰਸਥਾਵਾਂ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਆ, ਤਾਂ ਥੋੜ੍ਹੇ ਟਾਈਮ ਦੇ ਵਿੱਚ ਫਾਈਨਲ ਹੋ ਜਾਊ ਵੀ ਕਿਸ ਜਗ੍ਹਾ ਆਪਣਾ ਮਿਊਜ਼ੀਅਮ ਜਿਹੜਾ ਸਿੱਖ ਆਪਣੇ ਧਰਮ ਨੂੰ ਪ੍ਰਜੈਂਟ ਕਰਦਾ ਉਹ ਕਿਸ ਜਗ੍ਹਾ ਬਣਾਉਣਾ। ਠੀਕ ਹੈ, ਯਾਨੀ ਤੁਸੀਂ ਤੁਹਾਡਾ ਟੀਚਾ ਇਹ ਆ, ਤੁਹਾਡੇ ਮਾਇੰਡ ਵਿੱਚ ਇਹ ਆ ਵੀ ਇਹ ਇੱਕ ਇੱਥੇ ਮਿਊਜ਼ੀਅਮ ਤਿਆਰ ਕੀਤਾ ਜਾਵੇ ਜੋ ਆਉਣ ਵਾਲੀ ਆਪਣੀ ਸਿੱਖ ਜਨਰੇਸ਼ਨ ਆ ਜੋ ਉਹਨਾਂ ਨੂੰ ਆਪਾਂ ਔਨ ਦੀ ਸਪੋਟ ਦੱਸ ਸਕੀਏ ਵੀ ਇਹ ਆਪਣੇ ਧਰਮ ਦੇ ਵਿੱਚ ਇਹਨਾਂ ਦਾ ਇਹ ਯੋਗਦਾਨ ਰਿਹਾ। ਅਕਾਲੀ ਫੂਲਾ ਸਿੰਘ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਇਸ ਤਰ੍ਹਾਂ ਵੱਖ ਵੱਖ ਬਣਾ ਕੇ ਪੇਸ਼ ਕੀਤਾ ਜਾਵੇ। ਅੱਛਾ, ਹੁਣ ਮੈਂ ਤੁਹਾਨੂੰ ਵਿੱਚ ਇੱਕ ਫਨੀ ਜਿਹਾ ਸਵਾਲ ਪੁੱਛਣਾ ਵੀ ਸੈਂਟਰਲ ਲੰਡਨ ਦੇ ਵਿੱਚ ਮੈਡਮ ਡਿਸੋਰਸ ਜਿਹਦੇ ਬੜਾ ਮਸ਼ਹੂਰ ਹੈਗਾ, ਜਿੱਥੇ ਮੋਮ ਦੇ ਬੁੱਤ ਜਿਹੜੇ ਆ ਬਣਾਏ ਜਾਂਦੇ, ਤੁਸੀਂ ਉੱਥੇ ਜਾ ਕੇ ਦੇਖਿਆ ਉਹ? ਮੈਂ ਦੇਖਿਆ, ਪਰ ਜਿੱਦਾਂ ਅਸੀਂ ਇੰਡੀਆ ਦੇ ਵਿੱਚ ਮੈਂ ਪਹਿਲਾਂ ਕੰਮ ਕੀਤਾ ਪਰ ਉੱਥੇ ਸਾਰੇ ਮੋਮ ਦੇ ਬਣੇ ਹੋਏ ਸਟੈਚੂ ਇਸ ਤਰ੍ਹਾਂ, ਪਰ ਉਹ ਆਪਾਂ ਨੂੰ ਉੱਥੇ ਵੈਦਰ ਨਹੀਂ ਸ਼ੂਟ ਕਰਦਾ ਸੀ। ਠੀਕ ਠੀਕ, ਮੇਰਾ ਮਤਲਬ ਪੁੱਛਣ ਦਾ ਇਹ ਸੀਗਾ ਵੀ ਜਿਸ ਤਰ੍ਹਾਂ ਉਹ ਇਹਨਾਂ ਨੇ ਐਕਟਰ ਐਕਟਰੈਸਿਸ ਦੀਆਂ ਫੋਟੋਜ਼ ਤੋਂ ਮਤਲਬ ਰਿਐਲਿਟੀ ਵਾਂਗਰ ਉਹਨਾਂ ਨੇ ਬਣਾਏ ਹੋਏ ਨੇ, ਠੀਕ ਹੈ, ਅਤੇ ਜੇ ਆਪਾਂ ਆਪਣੇ ਵਿਰਸੇ ਨੂੰ ਸਾਂਭਣਾ ਹੈਗਾ ਆਪਣੇ ਜਿਹੜੇ ਅਸਲੀ ਰੀਅਲ ਹੀਰੋ ਜਿਹਨੂੰ ਆਪਾਂ ਮੰਨਦੇ ਹਾਂ ਅਕਾਲੀ ਫੂਲਾ ਸਿੰਘ ਹੋ ਗਏ, ਮੇਰੀ ਇੱਛਾ ਕਿ ਮੈਂ ਉਹਨਾਂ ਨੂੰ ਵੱਧ ਤੋਂ ਵੱਧ ਭੇਜ, ਯਾਨੀ ਜਿਹੜੇ ਰੀਅਲ ਹੀਰੋ ਨੇ ਅਸੀਂ ਉਹਨਾਂ ਨੂੰ ਪ੍ਰਮੋਟ ਕਰੀਏ, ਜਿਹੜੇ ਫਿਲਮਾਂ ਅਸੀਂ ਦੇਖਦੇ ਹਾਂ ਬਾਲੀਵੁੱਡ ਹਾਲੀਵੁੱਡ ਦੀਆਂ ਉਹਨਾਂ ਨੂੰ ਤਾਂ ਸਾਰੇ ਜਾਣਦੇ ਜਾਂਦੇ ਨੇ, 3 ਘੰਟੇ ਫਿਲਮ ਦੇਖ ਕੇ ਮੁੜਿਆ, ਇਹ ਫਿਲਮ ਫਲੋਪ ਹੋਵੇ ਹਿੱਟ ਹੋਵੇ ਉਹ ਆਪਣੇ ਲਈ ਕੋਈ ਮਾਇਨੇ ਨਹੀਂ, ਪਰ ਜਿਹੜੇ ਆਪਣੇ ਲਈ ਸਦਾ ਹੀ ਹੀਰੋ ਆ ਉਹਨਾਂ ਦੇ ਸਟੈਚੂ ਬਣਾਏ ਜਾਣ ਤਾਂ ਇੱਕ ਬਹੁਤ ਵਧੀਆ ਕਦਮ ਹੋਵੇਗਾ। ਅਤੇ ਕਿਸ ਤਰ੍ਹਾਂ ਦਾ ਤੁਹਾਨੂੰ ਰਿਸਪੋਂਸ ਮਿਲਿਆ ਧਾਰਮਿਕ ਸੰਸਥਾਵਾਂ ਤੋਂ, ਇੱਥੇ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੇ ਕੀ ਤੁਹਾਨੂੰ ਮਤਲਬ ਅੱਗੋਂ ਪੋਜ਼ਿਟਿਵ ਸੀ ਜਾਂ ਨੈਗੇਟਿਵ ਸੀ, ਉਹਨਾਂ ਦੀ ਕੀ ਸੋਚ ਹੈ? ਮੇਰੀ 2-3 ਧਾਰਮਿਕ ਸੰਸਥਾਵਾਂ ਦੇ ਨਾਲ ਗੱਲ
ਮਤਲਬ ਚੱਲ ਰਹੀ ਆ ਜਿਨ੍ਹਾਂ ਵਿੱਚੋਂ ਦੋਨੋਂ ਤਿੰਨ ਪੋਜ਼ਿਟਿਵ ਨੇ ਉਹਦੇ ਵਿੱਚ ਨੈਗੇਟਿਵ ਆ ਉਹਨਾਂ ਨੂੰ ਇੱਦਾਂ ਹੁੰਦਾ ਵੀ ਚਲੋ ਕਿਉਂਕਿ ਇਹ ਕੰਮ ਇੱਥੇ ਜੇ ਆਪਾਂ ਸੋਚੀਏ ਵੀ ਥੋੜ੍ਹਾ ਕੋਸਟਲੀ ਕਹਿ ਸਕਦੇ ਹਾਂ ਪਰ ਮੈਂ ਉਹਨਾਂ ਨੂੰ ਇਹ ਕਿਹਾ ਵੀ ਚਲੋ ਪੈਸੇ ਦਾ ਤਾਂ ਚਲੋ ਹੁੰਦਾ ਇਹ ਸੀਗਾ ਪੈਸੇ ਬਿਨਾਂ ਜ਼ਿੰਦਗੀ ਨਹੀਂ ਹੁੰਦੀ ਪਰ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਤੁਹਾਨੂੰ ਕੁਛ ਐਕਸਟਰਾ ਕਰ ਸਕਾਂ ਪੈਸੇ ਤੋਂ ਹਟ ਕੇ ਤਾਂ ਉਹਨਾਂ ਨੇ ਹਾਮੀ ਭਰੀ ਹੈ ਜਿਹੜਾ ਤੁਹਾਡਾ ਇੰਡੀਆ ਤੋਂ ਇੱਥੇ ਆਉਣ ਦਾ ਰੀਜ਼ਨ ਬਣਿਆ ਕਾਰਨ ਬਣਿਆ ਇਹ ਇਹ ਕੀ ਕਾਰਨ ਸੀ ਜਿਹੜਾ ਤੁਹਾਨੂੰ ਯੂਕੇ ਦੀ ਧਰਤੀ 'ਤੇ ਲੈ ਕੇ ਆਇਆ ਕਿਉਂਕਿ ਤੁਹਾਡਾ ਉੱਥੇ ਕੰਮ ਵਧੀਆ ਚੱਲ ਰਿਹਾ ਸੀ ਤੁਹਾਡਾ ਉੱਥੇ ਨਾਮ ਵੀ ਸੀਗਾ ਪੰਜਾਬ ਦੇ ਵਿੱਚ ਔਰ ਤੁਹਾਨੂੰ ਇੱਕ ਦਿਲ ਦੀ ਸੈਟਿਸਫੈਕਸ਼ਨ ਵੀ ਸੀ ਕਿ ਤੁਸੀਂ ਇੱਕ ਕਿਉਂਕਿ ਇੱਕ ਹੁੰਦਾ ਸਿਰਫ ਪੈਸਾ ਹੀ ਕਮਾਉਣਾ ਪੈਸੇ ਤਾਂ ਲੋਕ ਗਲਤ ਕੰਮ ਕਰਕੇ ਵੀ ਕਮਾ ਲੈਂਦੇ ਪਰ ਤੁਸੀਂ ਇੱਕ ਸਹੀ ਆਰਟ ਦੇ ਨਾਲ ਪੈਸਾ ਕਮਾ ਰਹੇ ਸੀ ਇੱਥੇ ਤੁਹਾਨੂੰ ਕਿਹੜੀ ਚੀਜ਼ ਖਿੱਚ ਕੇ ਲੈ ਕੇ ਆਈ ਜਿੱਦਾਂ ਉਹ ਇੰਡੀਆ ਦੇ ਵਿੱਚ ਮੇਰੇ ਬ੍ਰਦਰ ਜਾਂ ਹੋਰ ਬਹੁਤ ਆਰਟਿਸਟ ਕੰਮ ਕਰਦੇ ਆ ਆਪਣੇ ਸਿੱਖ ਧਰਮ ਨੂੰ ਪੇਸ਼ ਕਰਨ ਲਈ ਪਰ ਹੁਣ ਇੱਥੇ ਆ ਕੇ ਮੈਂ ਇਹੀ ਕੋਸ਼ਿਸ਼ ਕਰੂੰਗਾ ਕਿ ਜੋ ਇੱਥੋਂ ਦੇ ਲੋਕ ਆ ਆਪਾਂ ਸੋਚੀਏ ਚਲੋ ਲੰਡਨ ਨੂੰ ਮੇਨ ਕਹਿ ਲੈਂਦੇ ਹਾਂ ਕਿੰਨੀ ਤਰ੍ਹਾਂ ਦੇ ਮਤਲਬ ਕਮਿਊਨਿਟੀ ਦੇ ਲੋਕ ਰਹਿੰਦੇ ਆ ਉਹਨਾਂ ਨੂੰ ਵੀ ਆਪਣੇ ਧਾਰਮਿਕ ਬਾਰੇ ਜਿਹੜਾ ਧਰਮ ਬਾਰੇ ਪਤਾ ਲੱਗੂ ਵੀ ਇਹਨਾਂ ਦੇ ਜਿਹੜੇ ਧਾਰਮਿਕ ਯੋਧੇ ਹੋਏ ਆ ਸੂਰਬੀਰ ਹੋਏ ਆ ਇਹ ਮਤਲਬ ਉਹਨਾਂ ਨੂੰ ਪੇਸ਼ ਕੀਤਾ ਯਾਨੀ ਤੁਹਾਡੀ ਤੁਹਾਡਾ ਮਤਲਬ ਇਹ ਹੈਗਾ ਕਹਿਣ ਦਾ ਕਿ ਜਿਹੜਾ ਸਿੱਖ ਧਰਮ ਹੈ ਉਹਦਾ ਪ੍ਰਚਾਰ ਸਿਰਫ ਪੰਜਾਬ ਦੇ ਵਿੱਚ ਹੀ ਨਾ ਹੋਵੇ ਬਾਹਰ ਵਿਦੇਸ਼ਾਂ ਬਾਹਰ ਵਿੱਚ ਬਾਹਰ ਵੀ ਹੋਵੇ ਔਰ ਇਹ ਜਿਹੜੀ ਮੂਰਤੀ ਕਲਾ ਜਿਹੜੀ ਰੱਬ ਨੇ ਤੁਹਾਨੂੰ ਕਲਾ ਬਖਸ਼ੀ ਹੈ ਤੁਸੀਂ ਇਹਦੇ ਜ਼ਰੀਏ ਆਪਣੇ ਵਿਰਸੇ ਦੀ ਜਿਹੜੀ ਤਸਵੀਰ ਹੈ ਉਹ ਬਾਹਰਲੇ ਗੋਰੇ ਕਾਲੇ ਸਾਰਿਆਂ ਨੂੰ ਤੁਸੀਂ ਦਿਖਾਉਣਾ ਚਾਹੁੰਦੇ ਆ ਅਲੱਗ ਅਲੱਗ ਧਰਮਾਂ ਦੇ ਜਿਹੜੇ ਅਲੱਗ ਅਲੱਗ ਧਰਮਾਂ ਦੇ ਲੋਕ ਠੀਕ ਹੈ ਉਹਨਾਂ ਨੂੰ ਤੁਸੀਂ ਬੜਾ ਵਧੀਆ ਤੁਹਾਡਾ ਇਹ ਸੋਚ ਹੈਗੀ ਆ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਬਾਰੇ ਸੋਚ ਰਹੇ ਹੋਣਗੇ ਕਿ ਇਹ ਇੱਕ ਚੰਗਾ ਆਈਡੀਆ ਹੈ ਔਰ ਇੱਕ ਬੜਾ ਫਰੈਸ਼ ਆਈਡੀਆ ਆ ਮੇਰੇ ਖਿਆਲ ਦੇ ਵਿੱਚ ਇੱਦਾਂ ਹੋ ਸਕਦਾ ਪਹਿਲਾਂ ਨਾ ਇਹ ਸੋਚ ਆਈ ਹੋਵੇ ਕਿ ਇਸ ਤਰ੍ਹਾਂ ਦਾ ਮਿਊਜ਼ੀਅਮ ਜਿਹੜਾ ਬਣਾਇਆ ਜਾਵੇ ਔਰ ਖਾਸ ਕਰਕੇ ਜਦੋਂ ਮਿਊਜ਼ੀਅਮ ਦੇ ਵਿੱਚ ਕੋਈ ਸਟੈਚੂ ਲੱਗਦਾ ਆ ਉਹਦੇ ਨਾਲ ਜੇ ਅਸੀਂ ਉਹਦੀ ਇਨਫੋਰਮੇਸ਼ਨ ਪੰਜਾਬੀ ਤੇ ਅੰਗਰੇਜ਼ੀ ਦੋ ਜ਼ਬਾਨਾਂ 'ਚ ਅਸੀਂ ਜੇ ਲਾਈਏ ਤਾਂ ਮੇਰੇ ਖਿਆਲ 'ਚ ਉਹ ਬਹੁਤ ਸੋਨੇ ਤੇ ਸੁਹਾਗੇ ਸੋਨੇ ਤੇ ਸੁਹਾਗੇ ਵਾਲੀ ਗੱਲ ਸਾਰੀ ਹਿਸਟਰੀ ਉਹਨਾਂ ਦੀ ਇਹਨਾਂ ਨੇ ਮਤਲਬ ਕਿੰਨੇ ਸਾਲ ਤੋਂ ਲੈ ਕੇ ਉਹਨਾਂ ਦਾ ਕਿੰਨਾ ਸਮਾਂ ਰਿਹਾ ਤੇ ਨਾਲ ਉਹਨਾਂ ਦੇ ਜੋ ਉਹਨਾਂ ਨੇ ਜੰਗ ਯੁੱਧ ਜੋ ਆਪਣੇ ਧਰਮ ਲਈ ਕੀਤਾ ਉਹਨਾਂ ਨੂੰ ਸਾਰਾ ਕੁਛ ਲਿਖਿਆ ਜਾਵੇ ਠੀਕ ਹੈ ਜੀ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਖਾਸ ਕਰਕੇ ਇਸ ਦੇਸ਼ ਦੇ ਵਿੱਚ ਜਾਂ ਯੂਰਪ ਦੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦਿਆਂ ਹੀ ਸਾਨੂੰ ਇੱਦਾਂ ਲੱਗਦਾ ਕਿ ਉੱਥੇ ਸਾਰੇ ਨਸ਼ਈ ਹੋਣਗੇ ਸ਼ਾਇਦ ਜਾਂ ਉੱਥੇ ਸਾਰੇ ਮਤਲਬ ਇੱਕ ਤਾਂ ਕਿਸਾਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਸਪਰੇ ਜਿਹੜੀ ਪਾ ਰਹੀ ਹੈ ਫਿਰ ਕੈਂਸਰ ਦਾ ਉੱਥੇ ਰੋਗ ਜਾਂ ਮਤਲਬ ਇਹ ਸਾਰੀਆਂ ਜਿਹੜੀਆਂ ਮਤਲਬ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਤੁਸੀਂ ਪੰਜਾਬ ਤੋਂ ਆਏ ਹੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਨਹੀਂ ਇੱਦਾਂ ਨਹੀਂ ਕਹਿ ਸਕਦੇ ਕਿ ਆਪਾਂ ਪੰਜਾਬ ਨੂੰ ਨਸ਼ੇੜੀ ਨਸ਼ਾ ਹੈ ਪਰ ਇੰਨਾ ਨਹੀਂ ਜਿੰਨਾ ਕਿ ਆਪਾਂ ਇੱਧਰ ਬਾਹਰ ਲੋਕਾਂ ਨੇ ਕਹਿਤਾ ਵੀ ਪੰਜਾਬ ਦੇ ਵਿੱਚ ਨਸ਼ਾ ਇਸ ਤਰ੍ਹਾਂ ਚਿੱਟਾ ਸਮੈਕ ਜੋ ਵੀ ਕਿਹਾ ਜਾਂਦਾ ਇੰਨਾ ਨਹੀਂ ਪਰ ਕੁਝ ਕੁ ਪਰਸੈਂਟ ਹੈ ਜਿਨ੍ਹਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਪਰ ਸਾਰੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਪੰਜਾਬ ਬਹੁਤ ਇਸ ਤਰ੍ਹਾਂ ਨੌਜਵਾਨ ਆ ਜਿਹੜੇ ਜਿੱਦਾਂ ਕਿਸੇ ਆਰਟ ਵੱਲ ਵੀ ਜਾ ਸਕਦੇ ਆ ਜਾਂ ਹੋਰ ਲਾਈਨ ਦੇ ਵਿੱਚ ਬਿਜ਼ਨਸ ਲਾਈਨ ਦੇ ਵਿੱਚ ਆਪਣਾ ਕੰਮ ਕਰਦੇ ਆ ਤਾਂ ਇਸ ਲਈ ਆਪਾਂ ਕਹਿ ਸਕਦੇ ਵੀ ਸਾਰਾ ਨਸ਼ਿਆਂ ਦੇ ਵੱਲ ਹੀ ਨਹੀਂ ਝੁਕਾ ਆਪਾਂ ਸਾਰਾ ਦੇਖਿਆ ਸੁਣਿਆ ਆਪਾਂ ਹਰੇਕ ਮੀਡੀਆ ਦੇ ਵਿੱਚ ਥੋਪ ਦਿੱਤਾ ਜਾਂਦਾ ਵੀ ਪੰਜਾਬ ਨਸ਼ੇੜੀ ਆ ਪਰ ਨਹੀਂ ਆਪਾਂ ਨਸ਼ੇੜੀ ਨਹੀਂ ਕਈ ਵਾਰ ਹੁੰਦਾ ਕਿਸੇ ਨੂੰ ਹਾਲਾਤ ਲਾ ਦਿੰਦੇ ਆ ਠੀਕ ਆ ਪਰ ਸਾਰੇ ਲੋਕਾਂ ਨੂੰ ਨਹੀਂ ਹੁੰਦੇ ਜਿੱਦਾਂ ਆਪਾਂ ਦੇਖਦੇ ਹਾਂ ਨਸ਼ਾ ਯੂਰਪ ਦੇ ਵਿੱਚ ਹੋਰ ਸਾਰੇ ਕੰਟਰੀ ਦੇ ਵਿੱਚ ਹੁੰਦਾ ਨਸ਼ਾ ਸਾਰੇ ਪਾਸੇ ਹਾਂ ਜਿੱਦਾਂ ਸ਼ਰਾਬ ਆ ਹਰ ਜਗ੍ਹਾ ਮਿਲਦੀ ਆ ਪਰ ਉੱਥੇ ਤਾਂ ਫਿਰ ਵੀ ਠੀਕ ਅਗਲਾ ਸਵਾਲ ਜਗਤਾਰ ਜੀ ਮੈਂ ਤੁਹਾਨੂੰ ਇਹ ਪੁੱਛਾਂਗੀ ਕਿ ਜਿਹੜੀ ਬੇਰੁਜ਼ਗਾਰੀ ਦੀ ਸਮੱਸਿਆ ਉਹ ਵੀ ਹੈਗੀ ਹੈ ਖਾਸ ਕਰਕੇ ਜਿਹੜਾ ਉੱਥੇ ਕਾਸਟ ਸਿਸਟਮ ਹੈ ਹੁਣ ਜਿਹੜੀਆਂ ਮਤਲਬ ਜਿਨ੍ਹਾਂ ਨੂੰ ਛੋਟੀ ਜਾਤ ਕਹਿ ਦਿੰਦੇ ਆ ਉਹਨਾਂ ਦੀਆਂ ਰਾਖਵੀਆਂ ਸੀਟਾਂ ਹੋਣ ਕਰਕੇ ਉਹਨਾਂ ਦੇ ਮਾਰਕਸ ਘੱਟ ਵੀ ਹੁੰਦੇ ਆ ਉਹਨਾਂ ਨੂੰ ਜੋਬ ਪਹਿਲਾਂ ਮਿਲ ਜਾਂਦੀ ਹੈ ਇਹ 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 ਪ੍ਰੋਬਲਮ ਜਿਹੜੀ ਆ ਇਹ ਤਾਂ ਇੱਕ ਫੈਕਟ ਆ ਇਹ ਤਾਂ ਹੈਗੀ ਆ ਗੱਲ ਤਾਂ ਹੀ ਬੇਰੁਜ਼ਗਾਰੀ ਦੀ ਸਮੱਸਿਆ ਵੀ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਿਸ ਤਰ੍ਹਾਂ ਤੁਸੀਂ ਖੇਤੀਬਾੜੀ ਦੇ ਪਰਿਵਾਰ ਤੋਂ ਤੁਸੀਂ ਉਸ ਚੀਜ਼ ਦੀ ਪਰਵਾਹ ਨਹੀਂ ਕੀਤੀ ਤੁਸੀਂ ਇੱਕ ਨਵਾਂ ਕਿੱਤਾ ਅਪਣਾਇਆ ਜਿਹੜੇ ਉੱਥੇ ਦੇ ਨੌਜਵਾਨ ਬੇਰੁਜ਼ਗਾਰ ਹੈਗੇ ਨੇ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਇਸ ਮਾਮਲੇ ਦੇ ਵਿੱਚ ਸੁਨੇਹਾ ਇਸ ਤਰ੍ਹਾਂ ਹੁੰਦਾ ਵੀ ਬੇਰੁਜ਼ਗਾਰੀ ਸਟੱਡੀ ਕੀਤੀ ਹੁੰਦੀ ਆ ਨੌਜਵਾਨਾਂ ਦੀ ਪਰ ਉਹਨਾਂ ਨੂੰ ਕੋਈ ਨੌਕਰੀ
ਜਾਂ ਕੋਈ ਪੇਸ਼ੇ ਵੱਲ ਮਤਲਬ ਆਪਣਾ ਘਰ ਚਲਾਉਣ ਲਈ ਕੋਈ ਰੁਜ਼ਗਾਰ ਨਹੀਂ ਮਿਲਦਾ। ਇਹੀ ਫੈਕਟ ਹੈ ਕਿ ਕਈ ਨਸ਼ੇ ਵੱਲ ਵੀ ਚਲੇ ਜਾਂਦੇ ਆ। ਪਰ ਮੇਰਾ ਤਾਂ ਇਹ ਸੁਨੇਹਾ ਵੀ ਜੋ ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ, ਜਿੱਦਾਂ ਕੋਈ ਸਿੰਗਰ ਹੁੰਦਾ, ਕੋਈ ਕਿਸ ਸਾਡੇ ਵਾਂਗ ਆਪਾਂ ਕਹਿ ਲਈਏ, ਹਰੇਕ ਦੇ ਵਿੱਚ ਕੋਈ ਨਾ ਕੋਈ ਹੁੰਦਾ, ਆਪਣੇ ਗੁਣ ਨੂੰ ਬਾਹਰ ਕੱਢੋ ਅਤੇ ਜ਼ਰੂਰੀ ਨਹੀਂ ਕਿ ਆਪਾਂ ਸਰਕਾਰ 'ਤੇ ਨਿਰਭਰ ਰਹੀਏ, ਸਾਨੂੰ ਆਪਣੇ ਆਪ ਨੂੰ ਵੀ ਕੁਛ ਕਰਨਾ ਚਾਹੀਦਾ। ਇਸ ਲਈ ਤਾਂ ਆਪਣੀ ਬੇਰੁਜ਼ਗਾਰੀ ਘੱਟ ਸਕਦੀ ਹੈ। ਠੀਕ ਹੈ, ਸੋ ਤੁਹਾਡਾ ਇਹ ਸੁਨੇਹਾ ਆ ਅਤੇ ਪ੍ਰੋਗਰਾਮ ਦਾ ਵੀ ਜਿਹੜਾ ਟਾਈਮ ਆ ਉਹ ਥੋੜ੍ਹਾ ਹੀ ਹੁਣ ਰਹਿ ਗਿਆ ਹੈਗਾ, ਮੈਂ ਚਾਹੁੰਦੀ ਕਿ ਇੱਕ ਦੋ ਸਵਾਲ ਤੁਹਾਡੇ ਨਾਲ ਹੋਰ ਕਰ ਲਏ ਜਾਣ। ਇਸ ਤੋਂ ਬਾਅਦ ਵਿੱਚ ਜਿਸ ਤਰ੍ਹਾਂ ਤੁਹਾਡਾ ਜਿਹੜਾ ਆਹ ਟੀਚਾ ਹੈਗਾ ਕਿ ਇੱਥੇ ਧਾਰਮਿਕ ਸੰਸਥਾਵਾਂ ਦੇ ਨਾਲ ਮਿਲ ਕੇ ਤੁਸੀਂ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹੋ, ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਤੁਹਾਡਾ ਜ਼ਿੰਦਗੀ ਦਾ ਕੀ ਉਦੇਸ਼ ਹੈਗਾ, ਤੁਸੀਂ ਜ਼ਿੰਦਗੀ ਦੇ ਵਿੱਚ ਤੁਹਾਡਾ ਸੁਪਨਾ ਕੀ ਹੈਗਾ ਅਤੇ ਉਹ ਤੁਹਾਡਾ ਕੀ ਹੈ, ਇਹ ਜ਼ਰੂਰ ਦੱਸੋ ਸਾਨੂੰ। ਸੁਪਨਾ ਜ਼ਿੰਦਗੀ ਦੇ ਵਿੱਚ ਇੱਦਾਂ ਹੀ ਆ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ, ਹੁਣ ਇਸ ਧਰਤੀ 'ਤੇ ਆਏ ਹਾਂ ਤਾਂ ਆਪਣੇ ਨਾਮ ਨੂੰ ਚਮਕਾਉਣਾ ਤਾਂ ਹਰ ਕੋਈ ਚਾਹੁੰਦਾ, ਪਰ ਆਪਣੇ ਨਾਮ ਨੂੰ ਇਸ ਤਰ੍ਹਾਂ ਚਮਕਾਓ ਕਿ ਆਉਣ ਵਾਲੀ ਜਨਰੇਸ਼ਨ ਨੂੰ ਵੀ ਇਹ ਪਤਾ ਲੱਗੇ ਵੀ ਇਹ ਚੀਜ਼ ਜਿਹੜੀ ਆਪਾਂ ਪੇਸ਼ ਕੀਤੀ ਆ, ਜਾਂ ਮੈਂ ਤੁਹਾਨੂੰ ਦੱਸਿਆ ਇੱਕ ਇੱਥੇ ਮਿਊਜ਼ੀਅਮ ਬਣਾਉਣ ਦਾ, ਤਾਂ ਵੀ ਇਹ ਬਣਾਇਆ ਤਾਂ ਉਹਨਾਂ ਨੂੰ ਵੀ ਸਿੱਖਿਆ ਮਿਲੇ। ਮੇਰਾ ਸੁਪਨਾ ਜਦੋਂ ਇਹ ਤੁਹਾਡਾ ਸੁਪਨਾ ਪੂਰਾ ਹੋ ਗਿਆ, ਉਸ ਤੋਂ ਬਾਅਦ ਵਿੱਚ ਅਗਲੇ ਵੀ ਕੋਈ ਹੋਰ ਵੀ ਸੁਪਨਾ ਹੋਏਗਾ ਜਾਂ ਇਹ ਹੀ ਸੁਪਨਾ? ਇਨਸਾਨ ਸਾਰੀ ਜ਼ਿੰਦਗੀ ਕਹਿੰਦੇ ਹੁੰਦੇ ਪੂਰਾ ਤਾਂ ਹੁੰਦਾ ਨਹੀਂ, ਅਧੂਰਾ ਹੀ ਰਹਿੰਦਾ, ਪਰ ਫਿਲਹਾਲ ਇੰਨਾ ਹੀ ਆ ਬਹੁਤ। ਫਿਲਹਾਲ ਤੁਹਾਡਾ ਇਹੀ ਸੁਪਨਾ, ਅੱਗੇ ਜੋ ਪਰਮਾਤਮਾ ਨੂੰ ਇੱਛਾ ਹੁੰਦੀ ਹੈ ਨਾ ਉਹ। ਅਤੇ ਮੈਂ ਇਹ ਚਾਹੁੰਦੀ ਹਾਂ, ਮੇਰੀ ਆਪਣਾ ਦਿਲ ਇਹ ਕਰਦਾ ਹੈਗਾ ਕਿ ਜਿਹੜੀ ਤੁਸੀਂ ਮੂਰਤੀਕਾਰ ਹੋ, ਇਹ ਮੂਰਤੀ ਕਲਾ ਦੀ ਜਿਹੜੀ ਸਿਖਲਾਈ ਹੈ ਤੁਹਾਨੂੰ ਹੋਰ ਵੀ ਮੇਰੇ ਖਿਆਲ 'ਚ ਨੌਜਵਾਨਾਂ ਨੂੰ, ਬੱਚਿਆਂ ਨੂੰ ਦੇਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਐਸਾ ਕਿੱਤਾ ਜਿਹਦੇ ਵੱਲ ਜ਼ਿਆਦਾ ਲੋਕਾਂ ਦਾ ਧਿਆਨ ਨਹੀਂ ਹੈਗਾ, ਇੱਕ ਬਿਲਕੁਲ ਨਵੀਂ ਚੀਜ਼ ਹੈਗੀ ਹੈ, ਲੋਕ ਹੋਰ ਤਾਂ ਕੰਮ ਸਿੱਖ ਲੈਂਦੇ ਆ ਪਰ ਇਹ ਨਹੀਂ ਸਿੱਖਦੇ। ਦੋ ਸ਼ਬਦ ਇਹਦੇ ਬਾਰੇ ਕਹਿ ਦਿਓ ਅਤੇ ਉਸ ਤੋਂ ਬਾਅਦ ਅਸੀਂ ਇਜਾਜ਼ਤ ਲਵਾਂਗੇ। ਇਸ ਤਰ੍ਹਾਂ ਹੁੰਦਾ, ਜਦ ਇੰਡੀਆ ਦੇ ਵਿੱਚ ਕੰਮ ਕਰਦੇ ਸੀ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਲੜਕੇ ਹੁੰਦੇ ਸੀਗੇ ਜਿਹੜੇ ਇੰਟਰਸਟ ਰੱਖਦੇ ਸੀ, ਬਚਪਨ ਤੋਂ ਸ਼ੌਕ ਹੁੰਦਾ ਸੀ, ਕੰਮ ਕਰਦੇ ਸੀਗੇ, ਪਰ ਇੱਥੇ ਵੀ ਜੇ ਕੋਈ ਹੋਇਆ ਸਿੱਖਣ ਦਾ ਮਤਲਬ ਇੱਛਾ ਹੁੰਦੀ ਆ ਤਾਂ ਉਸਨੂੰ ਆਪਣੇ ਨਾਲ ਲਾ ਕੇ ਵੱਧ ਤੋਂ ਵੱਧ ਜਿੰਨਾ ਆਪਣੇ ਵੱਲੋਂ ਕਰ ਸਕਦੇ ਉਹ ਕਰਾਂਗੇ ਅਤੇ ਬਸ ਇਹੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਆਰਟਿਸਟ ਜਗਤਾਰ ਸਿੰਘ ਗਿੱਲ ਜੀ, ਤੁਸੀਂ ਸਟੂਡੀਓ 'ਚ ਆ ਕੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ। ਕੋਈ ਜੇ ਛੋਟਾ ਜਿਹਾ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੇ ਸਕਦੇ ਹੋ। ਬਸ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਇਹ ਸਨ ਜੀ ਜਗਤਾਰ ਸਿੰਘ ਗਿੱਲ ਜੀ, ਜੋ ਕਿ ਪੰਜਾਬ ਤੋਂ ਸਿੱਧੇ ਸਾਡੇ ਕੋਲ ਪਹੁੰਚੇ, ਆ ਕੇ ਢੇਰ ਸਾਰੀਆਂ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਮੈਨੂੰ ਇਹਨਾਂ ਦਾ ਸੁਭਾਅ ਬਹੁਤ ਚੰਗਾ ਲੱਗਾ। ਕਹਿੰਦੇ ਨੇ ਕਿ ਇਨਸਾਨ ਜਿਹੜਾ ਨੀਵਾਂ ਹੋ ਕੇ ਚੱਲਦਾ, ਜਿਹੜਾ ਨਿਰਮਲ ਹੋ ਕੇ ਚੱਲਦਾ, ਰੱਬ ਤੋਂ ਡਰ ਕੇ ਚੱਲਦਾ, ਰੱਬ ਵੀ ਉਸ ਦੀ ਸਹਾਇਤਾ ਕਰਦਾ। ਔਰ ਜੇ ਬੰਦੇ ਦਾ ਮਨ ਸਾਫ਼ ਹੋਵੇ ਤਾਂ ਫਿਰ ਜਿਹੜਾ ਉਹਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿੰਦਾ। ਜੇ ਚੰਗੇ ਸਾਫ਼ ਮਨ ਦੇ ਨਾਲ ਅਸੀਂ ਲੈ ਕੇ ਕੋਈ ਵੀ ਉਦੇਸ਼ ਚੱਲਦੇ ਹਾਂ ਤਾਂ ਸਾਡੇ ਉਹ ਉਦੇਸ਼ ਪੂਰੇ ਹੁੰਦੇ ਨੇ। ਤੁਸੀਂ ਇਸ ਪ੍ਰੋਗਰਾਮ ਨੂੰ ਇੰਨਾ ਪਿਆਰ ਦੇ ਰਹੇ ਹੋ, ਇੰਨਾ ਮਾਣ ਦੇ ਰਹੇ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹੋਈ ਅਗਲੇ ਹਫ਼ਤੇ ਫਿਰ ਮਿਲਣ ਦਾ ਵਾਅਦਾ ਕਰਦੀ ਅਤੇ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ ਕਰਦੀ, ਤੁਹਾਡੇ ਸਾਰਿਆਂ ਦੇ ਕੋਲੋਂ ਲੈਂਦੀ ਹਾਂ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।